ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨਾਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਅਸੀਂ ਵਾਅਦਾ ਤੁਹਾਨੂੰ ਕੀਤਾ ਸੀਗਾ, ਵਾਅਦਾ ਇਹ ਕੀਤਾ ਸੀਗਾ ਕਿ ਜਿਸ ਮੁਲਕ ਦੇ ਵਿੱਚ ਅਸੀਂ ਵਸਦੇ ਹਾਂ ਇਸ ਮੁਲਕ ਦੀ ਵੀ ਗੱਲ ਕਰਾਂਗੇ ਔਰ ਅਮੈਰੀਕਨ ਪੋਲਿਟਿਕਸ ਦੇ ਵਿੱਚ ਕੀ ਚੱਲ ਰਿਹਾ ਉਹਦੇ ਬਾਰੇ ਵੀ ਤੁਹਾਨੂੰ ਦੱਸਦੇ ਰਹਾਂਗੇ। ਬੇਹੱਦ ਜ਼ਰੂਰੀ ਹੋ ਜਾਂਦਾ ਹੈ ਕਿ ਜਦ ਜਿਸ ਮੁਲਕ ਦੇ ਵਿੱਚ ਅਸੀਂ ਰਹਿੰਦੇ ਔਰ ਜਿਸ ਮੁਲਕ ਦਾ ਅਸੀਂ ਖਾਂਦੇ ਔਰ ਜਿਸ ਮੁਲਕ ਨੂੰ ਅਸੀਂ ਟੈਕਸ ਪੇ ਕਰਦੇ ਹਾਂ, ਆਖਿਰਕਾਰ ਉਸ ਮੁਲਕ ਦੇ ਵਿੱਚ ਹੋ ਕੀ ਰਿਹਾ ਔਰ ਇਸ ਮੁਲਕ ਦੇ ਵਿੱਚ ਵੱਖ ਵੱਖ ਸੂਬੇ ਹਨ। ਔਰ ਮੈਨੂੰ ਬੜੇ ਮਾਣ ਦੇ ਨਾਲ ਕਹਿਣਾ ਪੈਂਦਾ ਔਰ ਮੈਂ ਇਸ ਗੱਲ ਨੂੰ ਜ਼ਰੂਰ ਕਹਿਣਾ ਕਿ ਸਾਡੀ ਵੱਖ ਵੱਖ ਆਰਗੇਨਾਈਜੇਸ਼ਨਸ ਅਮੈਰੀਕਨ ਪੋਲੀਟਿਕਸ ਦੇ ਵਿੱਚ ਜਾ ਕੇ ਹਿੱਸਾ ਵੀ ਬਣ ਰਹੀਆਂ ਹਨ ਅਤੇ ਸਾਨੂੰ ਅਪਡੇਟ ਵੀ ਕਰ ਰਹੀਆਂ ਹਨ ਕਿ ਸਾਡੇ ਲਈ ਕਿਹੜਾ ਪੋਲੀਟੀਸ਼ੀਅਨ ਜਾਂ ਫਿਰ ਸਾਡੇ ਲਈ ਕਿਹੜੀ ਪਾਰਟੀ ਜਾਂ ਫਿਰ ਸਾਡੇ ਸਿਟੀ ਦੇ ਵਿੱਚ, ਸਾਡੇ ਬੋਰੋ ਦੇ ਵਿੱਚ ਔਰ ਸਾਡੇ ਸ਼ਹਿਰ ਦੇ ਵਿੱਚ ਕਿਹੜਾ ਪੋਲੀਟੀਸ਼ੀਅਨ ਸਾਡੇ ਲਈ ਵਧੀਆ ਹੈ ਜੋ ਸਾਡੀ ਗੱਲ ਕਰੇਗਾ ਔਰ ਸਾਡੇ ਹੱਕ ਟੇਬਲ ਦੇ ਉੱਤੇ ਰੱਖੇਗਾ। ਸਾਡੇ ਹੱਕ ਇੱਥੇ ਰੱਖ ਆਪਾਂ ਕਿਹਨੂੰ ਕਹਿ ਸਕਦੇ ਹਾਂ? ਅੱਜ ਅਸੀਂ ਆਪਣੇ ਹੱਕਾਂ ਦੀ ਗੱਲ ਕਰਦੇ ਹਾਂ। ਸਾਡੇ ਹੱਕ ਕੀ ਨੇ ਜਿਸ ਮੁਲਕ ਨੂੰ ਅਸੀਂ ਟੈਕਸ ਅਦਾ ਕਰਦੇ ਹਾਂ, ਇਨ ਰਿਟਰਨ ਉਸ ਮੁਲਕ ਦੇ ਵਿੱਚ ਜਿਹੜੇ ਪੋਲੀਟੀਸ਼ੀਅਨਸ ਹਨ ਜਿਨ੍ਹਾਂ ਨੂੰ ਅਸੀਂ ਸਪੋਰਟ ਕਰਦੇ ਹਾਂ, ਇਲੈਕਟ ਕਰਦੇ ਹਾਂ ਜਾਂ ਫਿਰ ਜਿਹੜੇ ਰੀਪ੍ਰਜੈਂਟੇਟਿਵਸ ਹਨ, ਆਪਾਂ ਉਹਨਾਂ ਤੋਂ ਕੀ ਹੱਕ ਮੰਗ ਸਕਦੇ ਹਾਂ? ਮਿਹਨਤ ਇਸ ਮੁਲਕ ਦੇ ਵਿੱਚ ਕਰਦੇ ਹਾਂ, ਕਮਾਉਂਦੇ ਹਾਂ ਔਰ 15 ਅਪ੍ਰੈਲ ਤੋਂ ਪਹਿਲਾਂ ਦੇ ਵੀ ਦਿੰਦੇ ਹਾਂ ਇਸ ਮੁਲਕ ਨੂੰ ਉਹਦੀ ਡਿਵਲਪਮੈਂਟ ਦੇ ਲਈ, ਪਰ ਕੁਝ ਸਾਡੇ ਵੀ ਹੱਕ ਨੇ। ਔਰ ਜਦ ਮੈਂ ਗੱਲ ਅਮੈਰੀਕਾ ਦੇ ਦਿਲ ਦੀ ਕਰਦਾ ਜਿੱਥੋਂ ਦੀ ਰਾਜਨੀਤੀ ਦੀ ਸ਼ੁਰੂਆਤ ਹੁੰਦੀ ਹੈ, ਜਿਹਨੂੰ ਰਾਜਨੀਤੀ ਦਾ ਥੰਬ ਮੰਨਿਆ ਜਾਂਦਾ ਹੈ, ਈਸਟ ਕੋਸਟ ਦੇ ਵਿੱਚ ਵਾਸ਼ਿੰਗਟਨ DC, ਔਰ ਉਸ ਤੋਂ ਬਾਅਦ ਜਦ ਮੈਂ ਈਸਟ ਕੋਸਟ ਦੀ ਗੱਲ ਕਰਦਾ ਤਾਂ ਫਿਰ ਨਿਊਯਾਰਕ ਦੇ ਵਿੱਚ ਇੱਕ ਬੋਰੋ ਹੈਗੀ ਹੈ। ਜਦ ਮੈਂ 5 ਬੋਰੋਆਂ ਦੀ ਇੱਥੇ ਗੱਲ ਕਰਦਾ ਤਾਂ ਸਭ ਤੋਂ ਪਹਿਲਾਂ ਮੈਨਹੈਟਨ, ਬਰੋਕਲਿਨ, ਬ੍ਰੋਂਕਸ, ਸਟੇਟਨ ਆਈਲੈਂਡ ਅਤੇ ਫਿਰ ਆਉਂਦੀ ਹੈ ਕੁਈਨਸ। ਕੁਈਨਸ ਜਿਹੜੀ ਬੋਰੋ ਹੈਗੀ ਹੈ ਨਿਊਯਾਰਕ ਦੇ ਵਿੱਚ, ਉਹ ਸਾਡੇ ਪੰਜਾਬੀਆਂ ਲਈ ਕਿੰਨੀ ਮਹੱਤਵਪੂਰਨ ਹੈਗੀ ਹੈ, ਅਸੀਂ ਕੀ ਕਰ ਸਕਦੇ ਹਾਂ, ਕਿਵੇਂ ਕਾਇਆ ਪਲਟ ਸਕਦੇ ਹਾਂ, ਅਸੀਂ ਕਿੰਨਾ ਦਮ ਹੈ ਸਾਡੇ ਅੰਦਰ। 2.5 ਲੱਖ ਰਜਿਸਟਰਡ ਵੋਟਰ ਕੁਈਨਸ ਦੇ ਵਿੱਚ ਰਹਿੰਦਾ ਹੈ, 2.5 ਲੱਖ ਰਜਿਸਟਰਡ ਵੋਟਰ, ਉਹ ਵੀ ਜਿਹੜਾ ਤਖਤਾ ਪਲਟ ਕਰ ਸਕਦਾ ਕਿਸੇ ਵੀ ਕੈਂਡੀਡੇਟ ਦਾ, ਭਾਵੇਂ ਸਿਟੀ ਕੌਂਸਲ ਦੇ ਲਈ ਕੋਈ ਖੜਿਆ ਹੋਵੇ, ਸੈਨੇਟਰ ਖੜਿਆ ਹੋਵੇ, ਕਾਂਗਰਸਮੈਨ ਲਈ ਕੋਈ ਖੜਿਆ ਹੋਵੇ, ਭਾਵੇਂ ਕੁਈਨਸ ਬੋਰੋ ਪ੍ਰੈਜ਼ੀਡੈਂਟ ਲਈ ਖੜਿਆ ਹੋਵੇ, ਤਖਤਾ ਪਲਟ ਹੋ ਸਕਦਾ ਜੇਕਰ ਅਸੀਂ ਚਾਹੀਏ ਤਾਂ। ਅਸੀਂ ਸਪੋਰਟ ਕਿਉਂ ਕਰੀਏ? ਸਾਡੇ ਹੱਕ ਕੀ ਨੇ? ਜੇ ਤੁਹਾਨੂੰ ਜਿਤਾ ਵੀ ਦਿੰਦੇ ਹਾਂ, ਇਹ ਪੁੱਛੋ ਜਦ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਵੀ ਆਪਣੇ ਆਪ ਨੂੰ ਇੰਡੋਰਸ ਕਰਨ ਆਉਂਦਾ, ਉਹਨੂੰ ਪੁੱਛੋ ਤੁਹਾਨੂੰ ਕਿਉਂ ਜਿਤਾਈਏ, ਵਾਈ ਸ਼ੁੱਡ ਵੀ ਵੋਟ ਯੂ, ਵਟ ਯੂ ਵਿਲ ਗਿਵ ਅਸ ਬੈਕ। ਇਹੀ ਹੈ ਅੱਜ ਦਾ ਮੁੱਦਾ। ਮੈਂ ਤੁਹਾਨੂੰ ਤਾਰੀਫ ਕਰਾਉਣਾ ਚਾਹੁੰਦਾ, ਹੀ ਇਜ਼ ਚੀਫ ਆਫ ਸਟਾਫ ਨਿਊਯਾਰਕ ਕੌਂਸਲ। ਜਦ ਜੇਮਸ ਸੈਂਡਰਸ ਜੂਨੀਅਰ ਸਿਟੀ ਕੌਂਸਲ ਸੀਗੇ, ਹੀ ਵੋਨ ਸਪੈਸ਼ਲ ਇਲੈਕਸ਼ਨ ਇਨ 2013। ਹੀ ਇਜ਼ ਚੇਅਰਮੈਨ ਆਫ ਦੀ ਕਮੇਟੀ ਇਨਵਾਇਰਮੈਂਟਲ ਪ੍ਰੋਟੈਕਸ਼ਨ, ਹੀ ਇਜ਼ ਚੇਅਰਮੈਨ ਆਫ ਸਬ ਕਮੇਟੀ ਜ਼ੋਨਿੰਗ ਐਂਡ ਫਰੈਂਚਾਈਜ਼ਿਸ, ਚੇਅਰਮੈਨ ਆਫ ਪਬਲਿਕ ਸੇਫਟੀ ਕਮੇਟੀ ਵਿਦ ਓਵਰਸੀਜ਼ ਨਿਊਯਾਰਕ ਪੁਲਿਸ ਡਿਪਾਰਟਮੈਂਟ, ਇੰਟੈਲੀਜੈਂਟ ਐਂਡ ਯੰਗੈਸਟ ਅਮੰਗ ਆਲ ਦਾ ਕੈਂਡੀਡੇਟਸ ਜੋ ਕਿ ਕੁਈਨਸ ਬੋਰੋ ਪ੍ਰੈਜ਼ੀਡੈਂਟ ਲਈ ਕੰਟੈਸਟ ਕਰ ਰਹੇ ਹਨ, ਅਤੇ ਨਾਲ ਹੀ ਕੌਂਸਲ ਮੈਂਬਰ ਹਨ ਡਿਸਟ੍ਰਿਕਟ 31 ਤੋਂ। ਸਾਊਥ ਈਸਟ ਕੁਈਨਸ ਏਰੀਆ ਪੈਂਦਾ ਜੋ ਕਿ ਹੁਣ ਕੁਈਨਸ ਬੋਰੋ ਪ੍ਰੈਜ਼ੀਡੈਂਟ ਲਈ ਰੇਸ ਦੇ ਵਿੱਚ ਹਾਲ ਫਿਲਹਾਲ ਦੇ ਵਿੱਚ ਅਗਰ ਮੈਂ ਕਹਾਂ ਤਾਂ ਉਹਨਾਂ ਨੂੰ ਲਾਈਕ ਕਰਨ ਦੀ ਜਿਹੜੀ ਤਜਵੀਜ਼ ਪੰਜਾਬੀ ਭਾਈਚਾਰੇ ਵੱਲੋਂ ਰੱਖੀ ਗਈ ਹੈ ਉਹ ਹਨ ਐਗਜ਼ੈਕਟਿਵ ਡਾਇਰੈਕਟਰ ਸਾਊਥ ਏਸ਼ੀਅਨ ਫੋਰ ਐਮਪਾਵਰਮੈਂਟ, ਜਿਹਨੂੰ ਸੇਫ ਕਿਹਾ ਜਾਂਦਾ, ਜੋ ਅੱਜ ਇਸ ਮੰਚ ਦੇ ਉੱਤੇ ਮੇਰੇ ਨਾਲ ਮੌਜੂਦ ਹਨ, ਜੋ ਕਿ ਇਹਨਾਂ ਨੂੰ ਇੰਡੋਰਸ ਵੀ ਕਰ ਰਹੇ ਹਨ ਔਰ ਉਹ ਦੱਸਣਗੇ ਕਿ ਕਿਉਂ ਅਸੀਂ ਇਹਨਾਂ ਨੂੰ ਵੋਟ ਕਰੀਏ, ਕੀ ਖਾਸੀਅਤ ਹੈ ਇਹਨਾਂ ਦੇ ਵਿੱਚ ਔਰ ਇਹ ਸਾਨੂੰ ਵਾਪਸ ਕੀ ਦੇਣਗੇ, ਉਹ ਸਾਨੂੰ ਦੱਸਣਗੇ।
ਉਹ ਡਾਇਰੈਕਟਰ ਵੀ ਹਨ ਆਪਰੇਸ਼ਨਸ ਦੇ ਸਾਊਥ ਏਸ਼ੀਅਨ ਫੋਰ ਸਟਰੋਂਗ ਅਮੈਰੀਕਾ ਜਿਹਨੂੰ ਸਾਸਾ ਕਿਹਾ ਜਾਂਦਾ। ਉਹ ਕਮਿਊਨਿਟੀ ਐਕਟਿਵਿਸਟ ਹਨ ਮੋਰ ਦੈਨ ਕਈ ਸਾਰੇ ਸਾਲਾਂ ਤੋਂ ਲੰਬੇ ਸਮੇਂ ਤੋਂ। ਕੁਈਨਸ ਦੀ ਜਦ ਗੱਲ ਆਉਂਦੀ ਹੈ ਤਾਂ ਸਾਡੇ ਪੰਜਾਬੀ ਭਾਈਚਾਰੇ ਨੂੰ ਗਾਈਡ ਹਮੇਸ਼ਾ ਕਰਦੇ ਹਨ ਕਿ ਇਹ ਕੈਂਡੀਡੇਟ ਹੈ ਇਹਨੂੰ ਚੁਣਨਾ ਕਿਉਂਕਿ ਇਹ ਸਾਡੇ ਹੱਕ ਲੈ ਕੇ ਰੱਖੂਗਾ ਮੰਚ ਦੇ ਉੱਤੇ ਟੇਬਲ ਦੇ ਉੱਤੇ, ਸਾਡਾ ਹੱਕ ਇੱਥੇ ਰੱਖ। ਉਹ ਸੈਕਟਰੀ ਹਨ ਇੰਟਰਨੈਸ਼ਨਲ ਹਿੰਦੀ ਐਸੋਸੀਏਸ਼ਨ ਦੇ। ਸੋ ਮੈਂ ਸਮਾਂ ਨਾ ਲੈਂਦਾ ਹੋਇਆ ਤੁਹਾਨੂੰ ਤਾਰੂਫ ਕਰਾਉਣਾ ਚਾਹੁੰਦਾ, ਸਭ ਤੋਂ ਪਹਿਲਾਂ ਡਨੋਵਨ ਰਿਚਰਡਸ ਹੂ ਇਜ਼ ਦੀ ਯੰਗੈਸਟ ਐਂਡ ਇੰਟੈਲੀਜੈਂਟ ਕੰਟੈਸਟਸ ਫੋਰ ਕੁਈਨਸ ਬੋਰੋ ਪ੍ਰੈਜੀਡੈਂਟ ਵਿਦ ਸੰਜੀਵ ਜਿੰਦਲ। ਆਈ ਵੈਲਕਮ ਬੋਥ ਆਫ ਯੂ ਔਨ ਦਿਸ ਸਟੇਜ। ਅੱਜ ਦਾ ਮੁੱਦਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਸਤੋ, ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ। ਡਨੋਵਨ ਰਿਚਰਡਸ ਹਨ ਜੋ ਕਿ ਕੁਈਨਸ ਬੋਰੋ ਪ੍ਰੈਜੀਡੈਂਟ ਦੇ ਲਈ ਰਨ ਕਰ ਰਹੇ ਹਨ। ਕੁਈਨਸ ਬੋਰੋ ਪ੍ਰੈਜੀਡੈਂਟ ਦਾ ਕੰਮ ਹੁੰਦਾ ਕੀ ਹੈ ਔਰ ਮੈਦਾਨ ਦੇ ਵਿੱਚ ਅਗਰ ਇਹ ਹਨ ਤਾਂ ਇਹਨਾਂ ਨੂੰ ਕਿਉਂ ਸਪੋਰਟ ਕਰਨੀ ਚਾਹੀਦੀ ਹੈ ਔਰ ਅਗਰ ਇਹਨਾਂ ਨੂੰ ਸਪੋਰਟ ਕਰਦੇ ਹਾਂ ਤਾਂ ਸਾਡੇ ਹੱਕ ਕੀ ਹਨ, ਇਹਦੇ ਉੱਤੇ ਚਾਨਣਾ ਪਾਉਣਗੇ ਸੰਜੀਵ ਜਿੰਦਲ। ਮੈਂ ਚਾਹੁੰਦਾ ਕਿ ਸੰਜੀਵ ਜੀ ਥੋੜ੍ਹਾ ਬਹੁਤ ਤੁਸੀਂ ਦੱਸੋ ਡਨੋਵਨ ਰਿਚਰਡਸ, ਦੈਨ ਡੈਫੀਨੇਟਲੀ ਆਈ ਵਿਲ ਆਸਕ ਅਬਾਊਟ ਹਿਸ ਬੈਕਗ੍ਰਾਊਂਡ ਫੋਰ ਸ਼ੋਰ। ਥੈਂਕ ਯੂ ਹਰਕੀਰਤ ਜੀ। ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਬ ਸਹਿਤ ਸਾਰੇ ਮੇਰੇ ਵੀਰਾਂ ਨੂੰ ਦੇਖ ਰਹੇ ਜਸ ਬ੍ਰੌਡਕਾਸਟਿੰਗ ਅਤੇ ਜਸ ਪੰਜਾਬੀ ਦੇ ਚੈਨਲ ਦੇਖ ਰਹੇ ਦਰਸ਼ਕਾਂ ਨੂੰ। ਅਤੇ ਦੋਸਤੋ, ਅੱਜ ਸਾਡੇ ਨਾਲ ਜਿਵੇਂ ਹਰਕੀਰਤ ਜੀ ਨੇ ਤੁਹਾਡੇ ਨਾਲ ਸ਼ੇਅਰ ਕੀਤਾ ਕਿ ਸਾਡੇ ਨਾਲ ਡਨੋਵਨ ਰਿਚਰਡ ਬੈਠੇ ਨੇ ਜਿਹੜੇ ਕਿ ਕੁਈਨਸ ਬੋਰੋ ਪ੍ਰੈਜੀਡੈਂਟ ਦੀ ਰੇਸ ਲਈ ਵਨ ਆਫ ਦਾ ਯੰਗੈਸਟ ਕੈਂਡੀਡੇਟ ਨੇ। ਅਤੇ ਅਸੀਂ ਦੇਖਦੇ ਹਾਂ ਕਿ ਇਹਨਾਂ ਦਾ ਜਿਹੜਾ ਪੋਲੀਟੀਕਲ ਕੈਰੀਅਰ ਹੈ ਉਹ ਸਾਊਥ ਈਸਟ ਕੁਈਨਸ 'ਚ ਗਰੋ ਅਪ ਹੋਇਆ। ਕਿਉਂ ਸਾਨੂੰ ਲੱਗਦਾ ਕਿ ਇਹ ਸਾਡੀਆਂ ਜਿਹੜੀਆਂ ਪ੍ਰੋਬਲਮਸ ਨੇ, ਮੁਸ਼ਕਲਸ ਨੇ, ਉਹ ਸਮਝ ਸਕਣਗੇ? ਉਹਦਾ ਉਹਦੇ ਪਿੱਛੇ ਉਹੀ ਬੰਦਾ ਤੁਹਾਡੀਆਂ ਪ੍ਰੋਬਲਮਸ ਸਮਝ ਸਕਦਾ ਜਿਸ ਉੱਤੇ ਖੁਦ ਬੀਤੀਆਂ ਹੋਣ, ਜਿਸ ਬੰਦੇ ਨੇ ਉਹ ਪ੍ਰੋਬਲਮਸ ਹੰਢਾਈਆਂ ਹੋਣ, ਉਹੀ ਬੰਦਾ ਤੁਹਾਡੀਆਂ ਪ੍ਰੋਬਲਮਸ ਸਮਝ ਕੇ ਤੁਹਾਡੇ ਲਈ ਕੰਮ ਕਰ ਸਕਦਾ ਕਿਉਂਕਿ ਉਹਨੂੰ ਪਤਾ ਤੁਹਾਡੀ ਪੇਨ ਕੀ ਹੈ। ਅੱਜ ਤੋਂ ਕੁਛ ਚਿਰ ਪਹਿਲਾਂ ਜਦੋਂ ਰੇਸ ਸੀਗੀ ਆਪਣੇ ਸਿਟੀ ਕਾਊਂਸਲ ਏਡਰੀਅਨ ਐਡਮਸ ਦੀ, ਉਦੋਂ ਵੀ ਮੈਂ ਇਹ ਗੱਲ ਬਰੀਫਿੰਗ ਕੀਤੀ ਸੀ, ਉਦੋਂ ਵੀ ਮੈਂ ਇਹ ਗੱਲ ਤੁਹਾਡੇ ਅੱਗੇ ਬੇਨਤੀ ਕੀਤੀ ਸੀ ਦੋਸਤੋ ਕਿ ਏਡਰੀਅਨ ਐਡਮਸ ਜਿਹੜੀ ਸਾਡੀ ਰਿਚਮੰਡ ਹਿੱਲ ਕਮਿਊਨਿਟੀ ਸੀ ਉਹ ਫੋਰਗੈਟਨ ਕਮਿਊਨਿਟੀ ਸੀ, ਨੋਬਡੀ ਵਾਂਟ ਟੂ ਕਮ ਅਕਰੋਸ ਦਾ ਵੈਨਵਿਕ। ਇਹ ਸਾਨੂੰ ਵੀ ਗਿਲਾ ਸੀ, ਸਾਨੂੰ ਵੀ ਸ਼ਿਕਵਾ ਰਹਿੰਦਾ ਸੀ ਕਿ ਸਾਡੇ ਕੁਈਨਸ ਦੇ ਵਿੱਚ ਅਸੀਂ ਰਹਿੰਦੇ ਹੋਈਏ, ਐਡੀ ਵੱਡੀ ਡਾਈਵਰਸ ਨੇਬਰਹੁੱਡ ਦੇ ਵਿੱਚ ਰਹਿੰਦੇ ਹੋਈਏ, ਪਰ ਜਦੋਂ ਅਸੀਂ ਵੈਨਵਿਕ ਤੋਂ ਅਸੀਂ ਇੱਧਰ ਆਉਂਦੇ ਹੀ ਨਹੀਂ, ਅਸੀਂ ਕੰਮ ਹੀ ਨਹੀਂ ਕਰਦੇ। ਸਾਡਾ ਰਿਚਮੰਡ ਹਿੱਲ ਹਾਈ ਸਕੂਲ ਸੀ, ਬਹੁਤ ਸਾਰੀਆਂ ਇਸ਼ੂ ਸੀਗੀਆਂ, ਓਜ਼ੋਨ ਪਾਰਕ ਦੇ ਇਸ਼ੂ ਸੀ, ਸਾਊਥ ਓਜ਼ੋਨ ਪਾਰਕ ਦੇ ਇਸ਼ੂ ਸੀ। ਅਸੀਂ ਏਡਰੀਅਨ ਐਡਮਸ ਨਾਲ ਬੈਠ ਕੇ ਗੱਲ ਕੀਤੀ ਅਤੇ ਕਾਊਂਸਲ ਮੈਂਬਰ ਨੇ ਸਾਨੂੰ ਭਰੋਸਾ ਦਿਵਾਇਆ ਕਿ ਕੋਈ ਐਸੀ ਗੱਲ ਨਹੀਂ, ਸਿਰਫ ਸੰਜੀਵ ਜਿੰਦਲ ਕੋਈ ਚੀਜ਼ ਨਹੀਂ, ਸੰਜੀਵ ਜਿੰਦਲ ਇੱਕ ਤੁਹਾਡਾ ਦਾਸ ਹੈ, ਇੱਕ ਤੁਹਾਡਾ ਸੇਵਕ ਹੈ ਦੋਸਤੋ। ਪਰ ਜਦੋਂ ਏਡਰੀਅਨ ਐਡਮ ਐਜ਼ ਏ ਕਾਊਂਸਲ ਮੈਂਬਰ ਜਿੱਤੇ ਤਾਂ ਉਹਨਾਂ ਨੇ ਵੈਨਵਿਕ ਨੂੰ ਕ੍ਰੋਸ ਹੀ ਨਹੀਂ ਕੀਤਾ ਬਲਕਿ ਇੱਕ ਐਸੇ ਦੋ ਲੈਂਡਮਾਰਕ ਦੇ ਦਿੱਤੇ ਸਾਡੀ ਕਮਿਊਨਿਟੀ ਵਾਸਤੇ, ਜਿਹਦਾ ਇੱਕ ਗੁਰਦੁਆਰਾ ਵੇ ਅਤੇ ਇੱਕ ਪੰਜਾਬ ਐਵੀਨਿਊ, ਜਿਹੜੇ ਕਿ ਨਿਊਯਾਰਕ ਸਿਟੀ ਨਹੀਂ ਪੂਰੇ ਕੰਟਰੀ ਦੇ ਵਿੱਚ ਐਸੇ ਦੋ ਸਪੈਸ਼ਲ ਲੈਂਡਮਾਰਕ ਹੋ ਗਏ ਨੇ ਸਾਡੀ ਸਿੱਖ ਜਗਤ ਵਾਸਤੇ, ਸਾਡੇ ਪੰਜਾਬੀ ਭਾਈਚਾਰੇ ਵਾਸਤੇ। ਸਾਨੂੰ ਇਸ ਗੱਲ 'ਤੇ ਯਕੀਨ ਕਰਨਾ ਪੈਣਾ, ਜਿਨ੍ਹਾਂ ਨੇ ਖੁਦ ਪ੍ਰੋਬਲਮਸ ਹੰਢਾਈਆਂ ਨੇ ਅਸੀਂ ਉਹਨਾਂ ਨਾਲ ਜਦੋਂ ਕੰਮ ਕਰਾਂਗੇ ਤਾਂ ਡੈਫੀਨੇਟਲੀ ਅਸੀਂ ਯਕੀਨ ਕਰ ਸਕਦੇ ਹਾਂ ਸਾਡੇ ਕੋਲ ਇੱਕ ਮੋਢਾ ਹੋਊਗਾ ਜਿਹੜਾ ਜਿਹਦੇ 'ਤੇ ਅਸੀਂ ਆਪਣਾ ਸਿਰ ਲੀਨ ਰੱਖ ਸਕਦੇ ਹਾਂ, ਅਸੀਂ ਫੀਲ ਕਰ ਸਕਦੇ ਹਾਂ ਦੋਸਤੋ, ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਵੀ ਸਾਡੇ ਵਿੱਚੋਂ ਇੱਕ ਨੇ। ਸੋ ਅਸੀਂ ਇਹਨਾਂ ਨੂੰ ਇਸ ਕਰਕੇ ਅੱਜ ਦੇ ਮੁੱਦਾ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਲੈ ਕੇ ਆਏ ਹਾਂ ਤਾਂ ਕਿ ਜਿਹੜੇ ਤੁਹਾਡੇ ਕੁਐਸਚਨਸ ਨੇ ਤੁਸੀਂ ਇਹਨਾਂ ਦੇ ਨਾਲ ਰੱਖ ਸਕੋ। ਅਤੇ ਹਰਕੀਰਤ ਜੀ, ਆਫਕੋਰਸ ਬਹੁਤ ਜ਼ਰੂਰੀ ਹੈ, ਥੈਂਕ ਯੂ ਵੈਰੀ ਮੱਚ ਸੰਜੀਵ ਜੀ, ਤੁਸੀਂ ਵਿਸਥਾਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਦੱਸਿਆ। ਸੋ ਆਈ ਵੁੱਡ ਲਾਈਕ ਟੂ ਆਸਕ ਡਨੋਵਨ, ਹਾਓ ਯੂ ਫੀਲ ਐਜ਼ ਰਨਿੰਗ ਯੂ ਨੋ ਫੋਰ ਕੁਈਨਸ ਬੋਰੋ ਪ੍ਰੈਜੀਡੈਂਟ, ਐਂਡ ਵੀ ਕੈਨ ਪ੍ਰਾਊਡਲੀ ਸੇ ਯੂ ਆਰ ਦਾ ਯੰਗੈਸਟ ਐਂਡ ਦੀ ਇੰਟੈਲੀਜੈਂਟ ਕੈਂਡੀਡੇਟ ਫੋਰ ਕੁਈਨਸ ਬੋਰੋ ਪ੍ਰੈਜੀਡੈਂਟਸ਼ਿਪ। Well, thank you for having me on this evening. And, you know, we're at a critical juncture in Queens and in this country when you look at the policies coming down from the White House, how it impacts
every community, but especially immigrant communities, how New York City and Queens is supposed to be a sanctuary city, but yet it seems like we're hearing more slogans than protections being put in place for the diverse communities of Queens. My dad just became a citizen last year, so something I'm very proud of. But we lived with those fears, just like every other community in Queens. Will Trump come in and deport my dad? You know, so it's very personal to me. We have an opportunity right here in Queens to ensure that many corners of this borough who felt underrepresented, whether it's across the Van Wyck or not, have a voice at Borough Hall. And it's a very key position because it allows you an opportunity to really be not just the cheerleader of the borough, but the defender of over 2.2 million people in Queens County. The resources of a $70 million budget, a $2.2 million expense, $5.5 million expense budget, overseeing 700 community board members, 14 community boards in Queens, really gives you a key opportunity to shape what this borough looks like. And we need to make sure that those voices are in the conversation of what's happening in their communities, whether it's land use, whether it's the budget. Everybody has to feel like they have a seat at the table. And I can't say that's happening right now, but that's why I'm running for Queens Borough President. ਬਿਲਕੁਲ ਸਾਡੇ ਲਈ ਜਾਣਾ ਜ਼ਰੂਰੀ ਹੈ ਕਿ ਜਦ ਅਗਰ ਡਨੋਵਨ ਰਿਚਰਡਸ ਜਿੱਤ ਕੇ ਆਉਣਗੇ ਤਾਂ ਉਹਨਾਂ ਦੀ ਸਭ ਤੋਂ ਪਹਿਲੇ ਕੰਮ ਕੀ ਹੋਣਗੇ, ਸਮਾਲ ਬਿਜ਼ਨਸ ਲਈ ਉਹ ਕੀ ਕਰਨਗੇ, ਪਬਲਿਕ ਸੇਫਟੀ ਲਈ ਉਹ ਕੀ ਕਰਨਗੇ, ਮੈਡੀਕਲਸ ਲਈ ਕੀ ਕਰਨਗੇ, ਜੋਬ ਕ੍ਰੀਏਟ ਕਿਵੇਂ ਹੋਣਗੀਆਂ, ਔਰ ਸਭ ਤੋਂ ਅਹਿਮ ਗੱਲ ਦਾ ਅੱਜ ਐਲਾਨ ਡਨੋਵਨ ਰਿਚਰਡਸ ਸਿੱਖ ਭਰਾਵਾਂ ਲਈ ਕਰਨ ਜਾ ਰਹੇ ਹਨ, ਔਰ ਉਹ ਐਲਾਨ ਵੀ ਮੈਨੂੰ ਲੱਗਦਾ ਕਿ ਆਪਣੇ ਆਪ 'ਚ ਇੱਕ ਵੱਡਾ ਮਾਈਲਸਟੋਨ ਹੋਏਗਾ ਸਾਡੇ ਲਈ ਅੱਜ ਇਸ ਮੰਚ ਦੇ ਉੱਤੇ, ਕਿਉਂਕਿ ਕੋਸ਼ਿਸ਼ ਇਹੀ ਹੁੰਦੀ ਹੈ ਕਿ ਸਿਰਫ ਜਦ ਤੁਸੀਂ ਪ੍ਰਮੋਟ ਕਰਦੇ ਹੋ, ਵੋਟ ਕਰਦੇ ਹੋ, ਅਤੇ ਆਪਣੇ ਹੱਕ ਵੀ ਮੰਗਣਾ ਸਿੱਖੋ। ਅੱਜ ਇਸ ਪ੍ਰੋਗਰਾਮ ਦੇ ਤਹਿਤ ਜਾਣਨ ਦੀ ਕੋਸ਼ਿਸ਼ ਕਰਾਂਗੇ। ਇਹੀ ਹੈ ਅੱਜ ਦਾ ਮੁੱਦਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਡਨੋਵਨ ਰਿਚਰਡਸ ਕੁਈਨਸ ਬੋਰੋ ਪ੍ਰੈਜ਼ੀਡੈਂਟ ਦੇ ਲਈ ਕੰਟੈਸਟ ਕਰ ਰਹੇ ਹਨ, ਰਨ ਕਰ ਰਹੇ ਹਨ, ਔਰ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕਿਉਂ ਆਪਾਂ ਉਹਨਾਂ ਨੂੰ ਜਿਤਾਈਏ, ਔਰ ਸੰਜੀਵ ਜੀ ਨੇ ਬਕਾਇਦਾ ਦੱਸਿਆ ਕਿ ਕੀ ਅਚੀਵਮੈਂਟਸ ਹਨ ਅੱਜ ਕੁਈਨਸ ਦੇ ਵਿੱਚ, ਕਿਵੇਂ ਕੁਈਨਸ ਅੱਜ ਪੰਜਾਬੀਆਂ ਦਾ, ਇਕੱਲਾ ਸਿਰਫ ਕੁਈਨਸ ਅੱਜ ਪੰਜਾਬੀਆਂ ਦਾ ਗੜ ਮੰਨਿਆ ਜਾਂਦਾ ਹੈ। ਇਹ ਉਹ ਗੜ ਹੈ ਜਿੱਥੇ ਹਰ ਪੋਲੀਟੀਸ਼ੀਅਨ ਨੂੰ ਜ਼ਰੂਰਤ ਹੁਣ ਸਾਡੀ ਹੈ। ਇਹ ਬਹੁਤ ਵੱਡੀ ਅਚੀਵਮੈਂਟ ਹੈ। ਮੈਂ ਸਾਰੇ ਘਰ ਬੈਠੇ ਦਰਸ਼ਕਾਂ ਦਾ, ਆਪਣੇ ਪੰਜਾਬੀ ਭਾਈਚਾਰੇ ਦਾ ਇਹ ਹੌਸਲਾ ਅਫਜ਼ਾਈ ਜ਼ਰੂਰ ਕਰਨਾ ਚਾਹੁੰਦਾ ਕਿ ਇਹ ਤੁਹਾਡੀ ਬਦੌਲਤ ਹੋਇਆ, ਲੇਕਿਨ ਹੁਣ ਤੁਹਾਡੀ ਬਦੌਲਤ ਕੀ ਕੁਝ ਹੋਰ ਹੋ ਸਕਦਾ ਹੈ, ਇਹ ਸਾਨੂੰ ਜਾਣਨਾ ਹੈ। ਅਸੀਂ ਕਿਵੇਂ ਇਸ ਅਮੈਰੀਕਨ ਪੋਲੀਟਿਕਸ ਦਾ ਅਹਿਮ ਹਿੱਸਾ ਬਣ ਚੁੱਕੇ ਹਾਂ, ਕਿਵੇਂ ਅਸੀਂ ਆਪਣੇ ਆਪ ਨੂੰ ਮਜ਼ਬੂਤ ਕਰ ਲਿਆ, ਔਰ ਕਿਵੇਂ ਅਸੀਂ ਆਪਣੇ ਆਪ ਨੂੰ ਅੱਗੇ ਲੈ ਕੇ ਜਾਣਾ, ਕਿਹੜੇ ਕਿਹੜੇ ਕੰਮ ਅਸੀਂ ਹੋਰ ਕਰਵਾਉਣੇ ਹੈ, ਇਹ ਮੈਂ ਹੁਣ ਡਨੋਵਨ ਰਿਚਰਡਸ ਨੂੰ ਜਾਣਨਾ ਚਾਹੁੰਦਾ। ਸੋ ਡਨੋਵਨ, ਵਟ ਕਾਇੰਡ ਆਫ ਪ੍ਰੋਜੈਕਟਸ ਯੂ ਵਿਲ ਬ੍ਰਿੰਗ ਆਫਟਰ ਯੂ ਵਿਲ ਇਲੈਕਟ, ਵਾਂਸ ਯੂ ਗੋਨਾ ਇਲੈਕਟ ਐਜ਼ ਇਨ ਕੁਈਨਸ ਬੋਰੋ ਪ੍ਰੈਜ਼ੀਡੈਂਟ? ਵੈਲ, ਆਈ ਥਿੰਕ ਵਨ ਆਫ ਦ ਬਿਗੈਸਟ ਚੈਲੰਜਸ ਫਾਰ ਆਲ ਆਫ ਆਰ ਕਮਿਊਨਿਟੀਜ਼ ਰਾਈਟ ਨਾਓ ਇਜ਼ ਹਾਊਸਿੰਗ, ਐਂਡ ਦੇਅਰ ਆਰ ਲੋਟ ਆਫ ਪੀਪਲ ਹੂ ਆਰ ਲਿਵਿੰਗ ਇਨ ਕੰਡੀਸ਼ਨਸ ਦੈਟ ਆਰ ਨਾਟ ਵਰਥੀ ਆਫ ਹੂ ਦੇ ਆਰ. So I think the first thing we want to look at is really how do we foster growth in Queens, responsible growth, looking at opportunities in Ozone Park, in Richmond Hill, all the way to Long Island City, Astoria. We need to look at ways to grow our infrastructure. How do we ensure that there's more investment going into our schools? You know, we need to see more career and technical education funding going into our schools. Our healthcare system is certainly broken, but how do we invest and our healthcare infrastructure as well right here in Queens? So those are three key areas, and I think the makeup of the office is definitely going to be something that is key for us. We need to make sure that community boards are really reflective of the community's voices. You know, a lot of community boards are still very outdated. We need to professionalize the process of how community boards operate. We need to ensure that residents know that community boards are here to serve you. And we need to make sure we're also focusing on language access, right? Yes. I mean, a lot of times language access is a huge barrier, you know, and one of the beauties of Queens County is that we're the most diverse county in the world and the most diverse county in New York City. And we all live sort of in our little pockets of the world, right? But there needs to be resources put into many of the places and organizations that really could serve as validators for encouraging more growth for communities. So when you talk about the need to ensure there's a pathway to citizenship, even as we wait for immigration reform, there still has to be more creative ways for us to make sure that we are focusing in
on pockets of every part of the borough. That means the borough president shouldn't be stuck on Queens Boulevard. We should be in Richmond Hill. We should be in Ozone Park. We should be in Jackson Heights and really operating satellite offices out of different pockets of the borough so that we're bringing city agencies to those communities, to the communities that need it, and that we have the access, which is very important when you talk about the need for more senior citizen services. There are a lot of seniors I know in our communities who are hurting right now. They need the services. Our young people need the services. And one thing the borough president can do is ensure that the agencies that are responsible for delivering services, but once again, with language access, are operating in our communities. So I think it's very important in this larger diversity. ਜਿਵੇਂ ਕਿ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਬਕਾਇਦਾ ਇਹ ਗੁਰਦੁਆਰਾ ਸਾਹਿਬ ਵਿਜ਼ਿਟ ਕਰਕੇ ਆਏ ਨੇ, ਸਿੱਖ ਕਲਚਰ ਸੁਸਾਇਟੀ ਗਏ ਸੀਗੇ ਪਿਛਲੇ ਸੰਡੇ, ਬਾਬਾ ਮੱਖਣ ਸ਼ਾਹ ਲੁਬਾਣਾ ਗਏ ਸੀਗੇ. ਬਾਬਾ ਮੱਖਣ ਸ਼ਾਹ ਲੁਬਾਣਾ ਦੇ ਪ੍ਰਧਾਨ ਗੁਰਮੀਤ ਸਿੰਘ ਹੋਰਾਂ ਨੇ ਵੀ ਕਮੈਂਟਸ ਆਪਣੇ ਭੇਜੇ ਹਨ. ਇੱਕ ਵਾਰੀ ਆਪਾਂ ਉਹਨਾਂ ਨੂੰ ਵੀ ਸੁਣ ਲੈਂਦੇ ਹਾਂ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਸਾਡੇ ਹਲਕੇ ਦੇ ਵਿੱਚੋਂ ਬੋਰੋ ਪ੍ਰੈਜੀਡੈਂਟ ਵਾਸਤੇ ਡੋਨਲਡ ਰਿਚਰਡ ਜੋ ਕਿ ਇਲੈਕਸ਼ਨ ਲੜ ਰਹੇ ਹਨ, ਮੈਂ ਅਪੀਲ ਕਰਦਾ ਹਾਂ ਸਮੁੱਚੇ ਸਿੱਖ ਭਾਈਚਾਰੇ ਨੂੰ ਕਿ ਇਹਨਾਂ ਨੂੰ ਵੋਟਾਂ ਦੇ ਕੇ ਕਾਮਯਾਬ ਕਰੋ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਸੋ ਗੁਰਦੁਆਰਾ ਰਵੀਦਾਸ ਟੈਂਪਲ ਤੋਂ ਵੀ ਮੈਨੇਜਮੈਂਟ ਵੱਲੋਂ ਡਨੋਵਨ ਰਿਚਰਡਸ ਬਾਰੇ ਕਮੈਂਟਸ ਕੀਤੇ ਗਏ ਹਨ, ਉਹਨਾਂ ਨੂੰ ਵੀ ਸੁਣ ਲੈਂਦੇ ਹਾਂ. ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਮੈਂ ਸਾਰੀ ਕਮਿਊਨਿਟੀ ਨੂੰ ਅਤੇ ਸਿੱਖ ਭਾਈਚਾਰੇ ਨੂੰ ਅਪੀਲ ਕਰਦਾ ਹਾਂ ਕਿ ਕਮੀਜ਼ ਵੋ ਪ੍ਰੈਜੀਡੈਂਟ ਲਈ ਡੋਗਮਨ ਪਿਕਚਰ ਖੜੇ ਹਨ, ਉਹਨਾਂ ਦੀਆਂ ਵੋਟਾਂ 24 ਮਾਰਚ ਨੂੰ ਪੈ ਰਹੀਆਂ ਹਨ. ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਵੋਟਾਂ ਪਾ ਕੇ ਕਾਮਯਾਬ ਕਰੋ ਅਤੇ ਤਾਂ ਕਿ ਅਸੀਂ ਆਪਣੇ ਭਾਈਚਾਰੇ ਦੀ ਮਦਦ ਗੱਲ ਕਰਾ ਸਕੀਏ. ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਸੋ ਡਨੋਵਨ, ਇਨ ਦ ਲਾਰਜੈਸਟ ਡਾਈਵਰਸ ਕਮਿਊਨਿਟੀ, ਹਾਊ ਯੂ ਫੀਲ ਵਰਕਿੰਗ ਵਿਦ? Well, you know, I told you the story of how my dad came here and migrated from an island called Jamaica, and my grandmother came here ahead of him to really try to pave the way to make a better life for him and his sisters, who are my aunts and uncles as well. So it's a pleasure to work with the South Asian community, you know, the Sikh community, the Hindu community. You know, it's very important that we continue to build strong coalitions and bonds, because we want to ensure every corner of this borough feels represented, and we want everybody to understand that this is a borough president who's going to serve the interests of every person in this borough. This is not about politics. This is about ensuring that the needs of every community is being met right here in Queens County. And you know, we went to several temple Sundays, an honor to be there to hear the message and to see how close-knit the community is. And you know, it's something that's special about Queens. You know, it's such a diverse place, and we have to continue to build on that diversity and celebrate the diversity. Even as there are those who want to build walls like President Trump, we are looking to build bridges right here in Queens County. Sanjeev ji, Queensboro president di power ki han, main chahunga ki sade darshakan nu tusi us bare zarur jagruk karo. Harkirat ji, bahut vadhiya question hai thoda. ਸਭ ਤੋਂ ਪਹਿਲਾਂ ਤਾਂ ਇੱਕ ਚੀਜ਼ ਦੋਸਤੋ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ, 2 ਮਿੰਟ ਹਰਕੀਰਤ ਜੀ ਤੋਂ ਮੰਗ ਕੇ ਲੈਣਾ, ਬਿਕੋਜ਼ ਬਹੁਤ ਜ਼ਰੂਰੀ ਹੈ ਦੋਸਤੋ ਸਾਨੂੰ ਇਹ ਚੀਜ਼ ਜਾਣਨੀ. ਕੀ ਚੀਜ਼ ਹੈ ਉਹ? ਕਿ ਅਸੀਂ ਸਾਊਥ ਏਸ਼ੀਅਨ ਪੀਪਲ, ਸਿੱਖ ਕਮਿਊਨਿਟੀ ਹੋਵੇ ਚਾਹੇ ਗੁਜਰਾਤੀ ਹੋਵੇ, ਚਾਹੇ ਹਿੰਦੂ ਕਮਿਊਨਿਟੀ ਹੋਵੇ, ਚਾਹੇ ਕੇਰਲਾ ਕਮਿਊਨਿਟੀ ਹੋਵੇ, ਮਲਿਆਲਮ ਕਮਿਊਨਿਟੀ ਹੋਵੇ, ਜਿਹੜੀ ਅਸੀਂ ਸਾਊਥ ਏਸ਼ੀਅਨ ਲੋਕ ਹਾਂ, ਇਸ ਕੰਟਰੀ ਦੇ ਵਿੱਚ ਅਸੀਂ ਸਲੀਪਿੰਗ ਜਾਇੰਟ ਹਾਂ. ਵਾਏ? ਕਿਉਂਕਿ ਅਸੀਂ ਵੋਟਾਂ ਪਾਉਣ ਹੀ ਨਹੀਂ ਜਾਂਦੇ ਜੀ. ਜਿਹੜੀ ਗੱਲ ਹਰਕੀਰਤ ਜੀ ਪਹਿਲਾਂ ਕਹਿ ਰਹੇ ਸੀ ਕਿ ਅਸੀਂ ਲੈਂਡਸਕੇਪ ਚੇਂਜ ਕਰ ਸਕਦੇ ਹਾਂ ਕਿਸੇ ਦਾ ਵੀ, ਕਿਸੇ ਵੀ ਕੈਂਡੀਡੇਟ ਦਾ, ਤੁਸੀਂ ਉੱਠ ਕੇ ਖੜੇ ਹੋ ਜਾਓ. ਕਿਉਂਕਿ ਅਸੀਂ ਉਸ ਜ਼ਮੀਨ ਤੋਂ ਆਉਂਦੇ ਹਾਂ ਜਿੱਥੇ 70-80% ਵੋਟਿੰਗ ਰੇਸ਼ੋ ਹੈ ਦੋਸਤੋ. ਕਿਉਂ ਨਹੀਂ ਅਸੀਂ ਇਸ ਕੰਟਰੀ 'ਚ, ਕਿਉਂ ਨਹੀਂ? ਵਾਏ ਨਾਟ? ਵੀ ਨੀਡ ਟੂ ਅੰਡਰਸਟੈਂਡ ਦਿਸ ਇਜ਼ ਫਸਟ ਥਿੰਗ. ਹੁਣ ਗੱਲ ਕਰਦੇ ਹਾਂ ਆਪਾਂ ਕੁਈਨਜ਼ਬੋਰੋ ਪ੍ਰੈਜ਼ੀਡੈਂਟ ਦੀਆਂ ਪਾਵਰਾਂ ਦਾ. ਇਹ ਐਗਜ਼ੈਕਟਿਵ ਪਾਵਰ ਹੈ ਦੋਸਤੋ, ਇਹਨਾਂ ਦਾ ਜਿਹੜਾ ਆਫਿਸ ਹੈ. ਸਭ ਤੋਂ ਪਹਿਲਾਂ ਇਹ ਜਾਣੋ ਵੀ ਉਹ ਕਿੱਥੇ ਹੋਏਗਾ. ਜਿੱਥੇ ਸਾਡਾ ਕੁਈਨਜ਼ ਬੁਲੇਵਾਰਡ ਦੇ ਉੱਪਰ ਕੋਰਟ ਹਾਊਸਿਸ ਨੇ, ਉਹਦੇ ਸਾਹਮਣੇ ਇਹਨਾਂ ਦਾ ਆਫਿਸ ਹੋਏਗਾ. ਇਹਨਾਂ ਕੋਲ ਲੈਂਡ ਯੂਜ਼ ਤੋਂ ਲੈ ਕੇ ਪਬਲਿਕ ਸੇਫਟੀ ਤੋਂ ਲੈ ਕੇ ਪਾਰਕਸ ਡਿਵੈਲਪਮੈਂਟਸ ਤੋਂ ਲੈ ਕੇ ਕੋਈ ਵੀ ਐਸਾ ਡਿਪਾਰਟਮੈਂਟ ਜਿਹੜਾ ਕੁਈਨਜ਼ ਦੇ ਵਿੱਚ ਕੰਮ ਕਰ ਰਿਹਾ, ਸਾਰੀਆਂ ਐਗਜ਼ੈਕਟਿਵ ਪਾਵਰਸ ਹੋਲਡ ਕਰਨਗੇ. ਹੁਣ ਉਹਨਾਂ ਐਗਜ਼ੈਕਟਿਵ ਪਾਵਰਾਂ ਦੇ ਉੱਤੇ
It's not a one or two or five people staff. It's a huge staff for Queensboro President. ਹੁਣ ਜਦੋਂ ਗੱਲ ਕੁਇਨਜ਼ਬੋਰੋ ਪ੍ਰੈਜ਼ੀਡੈਂਟ ਦੀ ਹੋ ਰਹੀ ਹੈ ਤੇ ਨੰਬਰ ਆਫ ਪੋਜੀਸ਼ਨਸ ਦੀ ਹੁੰਦੀ ਆ ਦੋਸਤੋ ਸਾਡੀ ਕਮਿਊਨਿਟੀ ਵਿੱਚ ਤੁਸੀਂ ਇਹ ਦੇਖੋ ਕਿ ਸਾਡੇ ਕਿੰਨੇ ਪੰਜਾਬੀ ਭਰਾ ਕਿੰਨੇ ਸਾਡੇ ਸਿੱਖ ਭਰਾ ਉਸ ਪੋਜੀਸ਼ਨਾਂ ਤੇ ਬੈਠੇ ਨੇ ਸੰਜੀਵ ਜੀ ਮੈਂ ਇੱਥੇ ਤੁਹਾਨੂੰ ਰੋਕਣਾ ਚਾਹਾਂਗਾ ਜਿਹੜਾ ਸਭ ਤੋਂ ਵੱਡਾ ਐਲਾਨ ਅੱਜ ਡਨੇਵਨ ਰਿਚਰਡਸ ਇਸ ਮੰਚ ਦੇ ਉੱਤੇ ਕਰਨਗੇ ਉਹ ਐਲਾਨ ਅਸੀਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸਾਂਗੇ ਜਸ ਬ੍ਰੌਡਕਾਸਟਿੰਗ ਦਾ ਵੀ ਟੀਚਾ ਹੈ ਕਿ ਜਦ ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ ਸਾਡਾ ਹੱਕ ਇੱਥੇ ਰੱਖ ਆਪਾਂ ਬੜੇ ਪਿਆਰ ਅਤੇ ਅਦਬ ਦੇ ਨਾਲ ਮੰਗ ਸਕਦੇ ਹਾਂ ਕਿਉਂਕਿ ਸਾਡਾ ਹੱਕ ਹੈ ਅਤੇ ਅੱਜ ਡਨੇਵਨ ਰਿਚਰਡਸ ਵੀ ਇੱਕ ਬਹੁਤ ਵੱਡਾ ਐਲਾਨ ਇਸ ਮੰਚ ਤੋਂ ਕਰਨਗੇ ਜੋ ਕਿ ਜਸ ਬ੍ਰੌਡਕਾਸਟਿੰਗ ਦੇ CEO ਪੈਨੀ ਕੇ ਸੰਧੂ ਜੀ ਦਾ ਵੀ ਟੀਚਾ ਹੈ ਕਿ ਉਹ ਚਾਹੁੰਦੇ ਹਨ ਕਿ ਠੀਕ ਹੈ ਕਿ ਅੱਜ ਕਮਿਊਨਿਟੀ ਪਾਵਰ ਦੀ ਲੋੜ ਹੈਗੀ ਔਰ ਕਮਿਊਨਿਟੀ ਨੂੰ ਅੱਗੇ ਲਿਜਾਉਣ ਦੀ ਲੋੜ ਹੈ ਲੇਕਿਨ ਸਾਡੇ ਹੱਕ ਕੀ ਹਨ ਉਹ ਅੱਜ ਇਸ ਗੱਲ ਦਾ ਐਲਾਨ ਵੀ ਕਰਨਗੇ ਸੰਜੀਵ ਜੀ ਬੈਕ ਟੂ ਯੂ ਅਤੇ ਹਰਕੀਰਤ ਜੀ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਬਿਲਕੁਲ ਉਸੇ ਪੈਟਰਨ 'ਤੇ ਤੁਸੀਂ ਇੱਕ ਗੱਲ ਸੋਚ ਕੇ ਦੇਖੋ ਅਸੀਂ ਇਹ ਨਹੀਂ ਕਹਿੰਦੇ ਕਿ ਬਾਕੀ ਕਮਿਊਨਿਟੀਆਂ ਨੂੰ ਅਸੀਂ ਓਵਰ ਪਾਵਰ ਕਰਨਾ ਚਾਹੁੰਦੇ ਹਾਂ ਨਹੀਂ ਅਸੀਂ ਇਹ ਗੱਲ ਮੰਨਦੇ ਹਾਂ ਕਿ ਮਾਨਸ ਕੀ ਜਾਤ ਪਛਾਣ ਇੱਕੋ ਮਾਨਸ ਕੀ ਜਾਤ ਉਸ ਮਾਲਕ ਦੇ ਬਣਾਏ ਹੋਏ ਬੰਦੇ ਅਸੀਂ ਸਾਰੇ ਇੱਕ ਹਾਂ ਜੇ ਅਸੀਂ ਫਿਰਕਾ ਕਰਾਂਗੇ ਤਾਂ ਅਸੀਂ ਉਹਦੀ ਰਜ਼ਾ ਦੇ ਵਿੱਚ ਰਾਜ਼ੀ ਨਹੀਂ ਸਾਨੂੰ ਇਹ ਗੱਲ ਮੰਨਣੀ ਪਊਗੀ ਉਹਦੇ ਨਾਲ ਜਿੱਦਾਂ ਹਰਕੀਰਤ ਜੀ ਨੇ ਕਿਹਾ ਕਿ ਸਾਡੇ ਹੱਕ ਇੱਥੇ ਰੱਖ ਮੈਂ ਜਸ ਹਿੰਦੀ 'ਤੇ ਇੱਕ ਪ੍ਰੋਗਰਾਮ ਚਲਾਉਣਾ ਨੋ ਯੋਰ ਰਾਈਟਸ ਦੇ ਨਾਮ ਨਾਲ ਐਵਰੀ ਥਰਸਡੇ 7 o'clock ਉਹ ਵੀ ਇਸੇ ਕਰਕੇ ਚਲਾਇਆ ਜਾਂਦਾ ਦੋਸਤੋ ਤੁਹਾਡੇ ਲਈ ਹੁਣ ਅੱਜ ਡਨੇਵਨ ਰਿਚਰਡ ਸਾਡੇ ਨਾਲ ਨੇ ਵਾਈ ਬਿਕੋਜ਼ ਹੀ ਅੰਡਰਸਟੈਂਡ ਆਵਰ ਪੇਨ ਐਂਡ ਮੈਂ ਇਹ ਚਾਹਾਂਗਾ ਕਿ ਜੋ ਉਹ ਅਨਾਊਂਸਮੈਂਟ ਕਰਨੀ ਚਾਹ ਰਹੇ ਨੇ ਅੱਜ ਸਾਡੀ ਕਮਿਊਨਿਟੀ ਵਾਸਤੇ ਉਹ ਆਪ ਕਰਨ ਮੈਂ ਚਾਹੁੰਦਾ ਕਿ ਉਹ ਐਲਾਨ ਅਸੀਂ ਜ਼ਰੂਰ ਕਰਾਂਗੇ ਐਲਾਨ ਵੱਡਾ ਹੈਗਾ ਸਾਡੀ ਕਮਿਊਨਿਟੀ ਲਈ ਉਹ ਐਲਾਨ ਅਸੀਂ ਜ਼ਰੂਰ ਕਰਾਵਾਂਗੇ ਇਸ ਪ੍ਰੋਗਰਾਮ ਨੂੰ ਆਪਾਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਫਿਲਹਾਲ ਮੈਂ ਇੱਕ ਬ੍ਰੇਕ ਲਈ ਰੁਕ ਰਿਹਾ ਔਰ ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗਾ ਪਬਲਿਕ ਸੇਫਟੀ ਜੋਬ ਕ੍ਰੀਏਟ ਕਿਵੇਂ ਹੋਣਗੀਆਂ ਔਰ ਕੁਇਨਜ਼ਬੋਰੋ ਦੇ ਵਿੱਚ ਵਰਲਡ ਦੇ ਸਭ ਤੋਂ ਦੋ ਵੱਡੇ ਏਅਰਪੋਰਟ ਵੀ ਮੌਜੂਦ ਹਨ ਸਭ ਤੋਂ ਦੋ ਵੱਡੇ ਟੂ ਏਅਰਪੋਰਟਸ ਆਰ ਸਿਚੁਏਟਡ ਡਾਊਨ ਹੇਅਰ ਇਨ ਕੁਇਨਜ਼ਬੋਰੋ ਵਿਲ ਟਾਕ ਮੋਰ ਔਨ ਦਿਸ ਆਫਟਰ ਦਿਸ ਸ਼ਾਰਟ ਬ੍ਰੇਕ ਬ੍ਰੇਕ ਤੋਂ ਬਾਅਦ ਸਵਾਗਤ ਹੈ ਡਨੇਵਨ ਰਿਚਰਡਸ ਸਾਡੇ ਨਾਲ ਮੌਜੂਦ ਨੇ ਜੋ ਕਿ ਰਨ ਕਰ ਰਹੇ ਹਨ ਕੁਇਨਜ਼ਬੋਰੋ ਪ੍ਰੈਜ਼ੀਡੈਂਟ ਦੇ ਲਈ ਸਾਡਾ ਹੱਕ ਇੱਥੇ ਰੱਖ ਹੁਣ ਗੱਲ ਇਸ ਸੈਗਮੈਂਟ ਦੇ ਵਿੱਚ ਉਸ ਬਾਰੇ ਕਰਾਂਗੇ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਦੱਸਿਆ ਸੀਗਾ ਕਿ ਟੂ ਮੇਜਰ ਏਅਰਪੋਰਟਸ ਇੱਥੇ ਮੌਜੂਦ ਹਨ ਪਹਿਲੇ ਏਅਰਪੋਰਟ ਦੀ ਗੱਲ ਕਰ ਲੈਂਦੇ ਹਾਂ ਫਿਰ ਸਿੱਖ ਭਾਈਚਾਰੇ ਨਾਲ ਸੰਬੰਧਿਤ ਅੱਜ ਡਨੇਵਨ ਰਿਚਰਡਸ ਕੁਝ ਰੱਖਣਾ ਚਾਹੁੰਦੇ ਹਨ ਇਸ ਮੰਚ ਦੇ ਉੱਤੇ ਉਸ ਬਾਰੇ ਵੀ ਗੱਲ ਕਰਾਂਗੇ ਡਨੇਵਨ ਫਸਟ ਆਫ ਆਲ ਆਈ ਵੁੱਡ ਲਾਈਕ ਟੂ ਨੋ ਅਬਾਊਟ ਦ ਟੂ ਮੇਜਰ ਏਅਰਪੋਰਟਸ ਆਰ ਸਿਚੁਏਟਡ ਡਾਊਨ ਹੇਅਰ ਇਨ ਕੁਇਨਜ਼ਬੋਰੋ ਸੋ ਇਟਸ ਅ ਬਿਗ ਥਿੰਗ ਯੂ ਨੋ ਯੂ ਆਰ ਰਨਿੰਗ ਫੋਰ ਪ੍ਰੈਜ਼ੀਡੈਂਟ for this Queensboro. So what do you have to say for that? Yeah, so both LaGuardia Airport and JFK Airport are undergoing some major renovations, billions of dollars invested by Governor Cuomo and the Port Authority. And obviously, right now, Congressman Gregory Meeks, but then you also had former Borough President Melinda Katz co-chair the airport task force. So I assuming I win in March, will come forward and obviously look to be a co-chair as well. And what's critical about the investments being done at JFK and LaGuardia is that the most central thing that needs to happen is connection to the communities. How do we engage small business owners from the Punjabi community? How do we engage communities all around? Because it's not just good enough to invest money into the airport. We have to make sure that we are reciprocating that money back into the hands of community members in Queens County. So when you talk about jobs right now, there have been a lot of job fairs, and the key is to ensure that there's opportunity for everybody coming into Queens County. I know even for LaGuardia, you have Assemblymember Jeff Aubrey and legislators up there who are holding roundtables as well. So the roundtables have really been effective at ensuring that people are at the table, that communities are at the table, who especially are impacted by the airports, because I represent a community that abuts the airport. We get the plane traffic, we get the environmental hazards. So it's going to be key that our communities are at the table
during this process to ensure that this is not just economic development happening, but community development where our communities can actually benefit and grow because of what's happening in our backyard. So it's going to be key. I just toured LaGuardia's airport, the new terminals there about 2 months ago. So it's amazing to finally see our airports getting the investment coming into the 21st century because, you know, when you go to other countries, you can certainly see that, you know, we're not doing as well as we can do right here. Yes. I think Joe Biden called LaGuardia like a third world country airport when he came here. But it's great to see what's going on. It's great to see that progress. But true progress is ensuring that every community is at the table during those negotiations and that we're ensuring that even if you have a restaurant in Richmond Hill or Ozone Park, you should have an opportunity to run a concession stand out of JFK Airport. If you live near LaGuardia Airport, if you're in Astoria or Jackson Heights, you should have an opportunity to actually move your small business and do some concessions, get some contracts, right? Because that's the name of the game as well, making sure that we build the capacity of developers and contractors who may be working in these specific communities already to build capacity. So we have to make sure, and we know that when we grow smaller companies, that they're able to grow, especially companies that look like us, right? How do we build a stabilized Queens? How do we ensure young people have a pathway to home ownership? How do we ensure that the people in our communities that actually work on this project is to make sure that the contractors and everybody, the small businesses, that the MWBE participation on these projects is being tracked and that we're holding people accountable, most importantly. You know, when we look at the numbers of contracts going on, if we're spending $13 billion, you know what? There should be billions going into people who have businesses in Queens so that they can hire more people who look like us as they grow their companies. But there has to be a pathway to that. And the only way is to ensure that that investment, that money, there's a process that ensures that it's reaching every depth of every community. So Donovan, the kind of power ki small business nu oh hungara dena chahunde han ki jede bhra Queens de vich vyapar karde han ਉਹਨਾਂ ਦੇ ਨਾਲ ਇਹਨਾਂ ਦੀ ਜਿਹੜੀ ਹੈਗੀ ਹੈ ਸਹਿਮਤੀ ਰਹੇਗੀ ਕਿ ਉਹਨਾਂ ਨੂੰ ਅੱਗੇ ਕਿਵੇਂ ਵਧਾਉਣਾ ਹੈਗਾ, ਕਿਵੇਂ ਉਹਨਾਂ ਦੇ ਲਈ ਰੋਜ਼ਗਾਰ ਮੁਹੱਈਆ ਕਰਾਉਣਾ ਔਰ ਜੋਬਸ ਕ੍ਰੀਏਟ, ਦੋ ਏਅਰਪੋਰਟ ਜਿਹੜੇ ਸਭ ਤੋਂ ਮੇਜਰ ਨੇ ਉਹਨਾਂ ਦੇ ਵਿੱਚ ਕਿਵੇਂ ਜੋਬਸ ਕ੍ਰੀਏਟ ਹੋ ਸਕਦੀਆਂ ਹਨ, ਕੀ ਨਵੀਂ ਇਨਵੈਸਟਮੈਂਟ ਸਕੀਮਸ ਨੇ, ਫਾਈਨੈਂਸ ਨੂੰ ਲੈ ਕੇ ਉਹ ਗੱਲ ਕਰਨਾ ਚਾਹੁੰਦੇ ਹਨ, ਸੇਫਟੀ ਦੀ ਉਹਨਾਂ ਨੇ ਗੱਲ ਕੀਤੀ. ਸੋ ਇਨ ਯੋਰ ਓਪੀਨੀਅਨ ਡਨਵਨ, ਵਟ ਯੂ ਹੈਵ ਟੂ ਸੇ ਫੋਰ ਦੀ ਸੀਖ ਕਮਿਊਨਿਟੀ ਡਾਊਨ ਹੇਅਰ ਇਨ ਕੁਈਨਸਬੋਰੋ? Do you think are the backbone for any contestant or any elections? Oh, absolutely. I mean, listen, we know the voting power. There are over 200,000 South Asians who can vote in Queens County. The problem we've seen, though, historically, is that people have not really done the outreach to the community the right way. And it can't just be about election season, right? Because when you go to knock on people's door, you're showing up election, okay, here comes another politician. So it has to be that representation year round where the community feels a connection to you. And this is why it's going to be critical that even in the borough president's office that there's representation from the community, right? We need to have a turban guy in the borough president's office, right? That's a big. And I'm not saying you. No, I'm not coming. I'm good here. We need to ensure there's representation. We want the borough president's office to look like Queens. Vadda elan aj Donovan ne the kita. Inhone kaha ki je main jitda ਅਤੇ ਮੈਂ ਅੱਜ ਵਾਅਦਾ ਕਰਦਾ ਕਿ ਟਰਬਨ ਰੀਪ੍ਰਜੈਂਟੇਟਿਵ ਹੂ ਵੇਅਰਸ ਅ ਟਰਬਨ ਸਿੱਖ ਆਪਣੀ ਪਰਸਨੈਲਿਟੀ ਵਿੱਚ ਕੋਈ ਵੀ ਇੱਕ ਅੱਜ ਉਹ ਉਹਨਾਂ ਦੇ ਆਫਿਸ ਦੇ ਵਿੱਚ ਹੋਏਗਾ ਔਰ ਕੰਮ ਕਰੇਗਾ. ਆਈ ਥਿੰਕ ਇਟਸ ਅ ਗੁੱਡ ਯੂ ਨੋ ਅਚੀਵਮੈਂਟ ਫੋਰ ਦੀ ਸੀਖ ਕਮਿਊਨਿਟੀ. ਦੇ ਹੈਵ ਅਚੀਵਡ ਸੋ ਫਾਰ ਦੀ ਗੁਰਦੁਆਰਾ ਐਵੇਨਿਊ, ਦੀ ਪੰਜਾਬ ਸਟਰੀਟ, ਬਟ ਨਾਓ ਇਟਸ ਟਾਈਮ ਟੂ ਕ੍ਰੀਏਟ ਜੋਬਸ. ਡੂ ਯੂ ਥਿੰਕ that now it's time to create job? Well, we are going to grow Queens. And, you know, when you look at what happened with Amazon, I mean, there's no debate that the governor and the mayor could have come in and done better pre-planning with communities, but it was a loss of almost 40,000 jobs. Mm.
And those were opportunities that could have gone to every community, especially the communities that have been marginalized, not part of the conversation. So we still are seeing tech grow in Queens, but we still have a lot of work now to ensure that tech is growing for everyone, that those investments in training and CTE programming and investments in high schools like Richmond Hill High School, Jamaica High School, which I went to, are actually happening so that we're creating that pathway for newer job opportunities as the world evolves, because technology has changed the landscape. I mean, nobody is going to the small business no more. They're on their phone, especially young people, ordering, you know, things off of Amazon. So we have to shift our strategy and then make sure that, ensure that those jobs of tomorrow are reaching every community. ਬਹੁਤ ਇੰਪੋਰਟੈਂਟ ਹੈਗਾ ਜੋਬਸ ਕ੍ਰੀਏਟ ਹੋਣਗੀਆਂ ਔਰ ਬਹੁਤ ਵੱਡਾ ਐਲਾਨ ਅੱਜ ਡਨੋਵਨ ਰਿਚਰਡਸ ਨੇ ਇਸ ਮੰਚ ਦੇ ਉੱਤੇ ਕੀਤਾ ਕਿ ਜੇ ਉਹ ਜਿੱਤ ਕੇ ਆਉਂਦੇ ਹਨ ਤਾਂ ਟਰਬਨ ਨੂੰ ਰੀਪ੍ਰਜੈਂਟ ਕਰਦਾ ਹੋਇਆ ਉਹ ਜ਼ਰੂਰ ਆਪਣੇ ਆਫਿਸ ਦੇ ਵਿੱਚ ਰੱਖਣਗੇ ਐਜ਼ ਐਨ ਇੰਪਲੋਈ ਨੋਟ ਓਨਲੀ ਵਨ ਇੰਪਲੋਈ ਬਟ ਹੀ ਵਿਲ ਕ੍ਰੀਏਟ ਅ ਜੋਬ ਫੋਰ ਦੀ ਕਮਿਊਨਿਟੀ ਬਿਕੋਜ਼ ਇਟਸ ਅ ਟਾਈਮ ਟੂ ਕ੍ਰੀਏਟ ਅ ਜੋਬ ਐਂਡ ਇਟਸ ਟਾਈਮ ਟੂ ਮੇਕ ਮੋਰ You know, public safety is very important. Mm-hmm, and when it comes to medical treatments, it's also very important. To create a, you know, opportunity for the small businesses is also very important. Bahut vadhiya gal aaj is manch de utte ho rahi hai aur mainu bahut maanvi mehsoos ho raha hai ki Donovan Richards ne aaj itna vadda elaan kita aur ehi ne sade haq jo sanu lene chahide han. Sanjeev ji baqaida is utte sanu hor chaana paunge vistar de vich. Filhal main ek break le itthe ruk rahe aur jad break to baad wapis aavanga main apne darshakan nu vi ਦਰਖਾਸਤ ਕਰਦਾ ਜੇਕਰ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਵੀ ਸਵਾਲ ਹੈ ਤੁਸੀਂ ਮੈਨੂੰ ਇਸ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਅਸੀਂ ਤੁਹਾਡੇ ਕਾਲਾਂ ਦੇ ਉੱਤੇ ਹਮੇਸ਼ਾ ਜਿਹੜੇ ਵਿਚਾਰ ਜੋ ਵੀ ਗੈਸਟ ਸਾਡੇ ਨਾਲ ਜੁੜਦੇ ਹਨ ਉਹ ਦਿੰਦੇ ਹਨ ਜਿਹੜਾ ਹੇਠ ਲਿਖਿਆ ਨੰਬਰ ਇਸ ਟਾਈਮ ਟੀਵੀ ਸਕਰੀਨ ਦੇ ਉੱਤੇ ਚੱਲ ਰਿਹਾ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਸਵਾਲ ਡਨੋਵਨ ਰਿਚਰਡਸ ਨੂੰ ਪੁੱਛ ਸਕਦੇ ਹੋ ਜਾਂ ਫਿਰ ਸੰਜੀਵ ਜੀ ਨੂੰ ਪੁੱਛ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ ਈਮੇਲ ਰਾਹੀਂ ਆਪਣੇ ਸੁਨੇਹੇ ਭੇਜ ਸਕਦੇ ਹੋ info@justbroadcasting.com harkirat@justbroadcasting.com ਦੇ ਉੱਤੇ ਫਿਲਹਾਲ ਰੁਕ ਰਹੇ ਹਾਂ ਇੱਕ ਬ੍ਰੇਕ ਲਈ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਵਾਗਤ ਹੈ ਡਨੋਵਨ ਰਿਚਰਡਸ ਸਾਡੇ ਨਾਲ ਮੌਜੂਦ ਨੇ ਕੁਈਨਸਬਰੋ ਪ੍ਰੈਜ਼ੀਡੈਂਟ ਦੇ ਲਈ ਰਨ ਕਰ ਰਹੇ ਨੇ ਅਤੇ ਕਾਫੀ ਸਾਰੇ ਇਸ਼ੂਜ਼ ਦੇ ਉੱਤੇ ਗੱਲ ਹੋਈ ਵੱਡਾ ਐਲਾਨ ਇਹਨਾਂ ਨੇ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਕੀਤਾ ਕਿ ਸਿੱਖ ਰੀਪ੍ਰੈਜੈਂਟੇਟਿਵ ਆਪਣੇ ਆਫਿਸ ਦੇ ਵਿੱਚ ਰੱਖਣਗੇ ਜੋਬਸ ਦੀ ਗੱਲ ਇਹਨਾਂ ਨੇ ਕੀਤੀ ਕਿ ਕਾਫੀ ਸਾਰੀ ਜੋਬਸ ਕ੍ਰੀਏਟ ਹੋ ਸਕਦੀਆਂ ਹਨ ਜੇ ਪੋਲੀਟੀਸ਼ੀਅਨਸ ਚਾਹਣ ਤਾਂ ਜੇਕਰ ਕੁਈਨਸਬਰੋ ਪ੍ਰੈਜ਼ੀਡੈਂਟ ਚਾਹੇ ਤਾਂ ਉਹ ਜੋਬਸ ਕ੍ਰੀਏਟ ਕਰ ਸਕਦਾ ਔਰ ਜਿਵੇਂ ਕਿ ਦੱਸ ਰਹੇ ਨੇ ਕਿ ਸਾਊਥ ਏਸ਼ੀਅਨ ਕਮਿਊਨਿਟੀ ਨੇ ਕੁਈਨਸ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਤਾਂ ਉਸ ਭੂਮਿਕਾ ਨੂੰ ਅੱਗੇ ਲਿਜਾਉਣ ਦੀ ਹੁਣ ਜ਼ਿੰਮੇਵਾਰੀ ਡਨੋਵਨ ਰਿਚਰਡਸ ਨੇ ਕਿਹਾ ਕਿ ਮੇਰੇ ਮੋਢਿਆਂ ਦੇ ਉੱਤੇ ਹੈ ਅਤੇ ਨਾਲ ਹੀ ਪਬਲਿਕ ਸੇਫਟੀ ਦੀ ਗੱਲ ਇੱਥੇ ਸਭ ਤੋਂ ਵੱਡਾ ਇਸ਼ੂ ਆਉਂਦਾ ਹੈ ਕੁਈਨਸ ਦੇ ਵਿੱਚ ਡਨੋਵਨ ਵੈਨ ਆਈ ਟਾਕ ਅਬਾਊਟ ਪਬਲਿਕ ਸੇਫਟੀ ਫਸਟ ਆਫ ਆਲ ਆਈ ਵੁੱਡ ਲਾਈਕ ਟੂ ਨੋ ਅਬਾਊਟ ਯੂਰ ਫੈਮਿਲੀ ਬੈਕਗਰਾਊਂਡ ਐਂਡ ਵੁੱਡ ਲਾਈਕ ਟੂ ਨੋ ਅਬਾਊਟ ਵੁਮੈਨ ਐਮਪਾਵਰਮੈਂਟ ਫੋਰ ਸ਼ੋਰ ਲੋਟਸ ਆਫ ਕੇਸਿਸ ਇਨ ਕੁਈਨਸ ਕਮਿੰਗ ਅਪ on domestic violence. Yeah. So let me start with one. I'm married to the love of my life, Tamika Richards, and have a lovely 4-year-old son who should be sleeping in his own bed tonight. He normally likes to sleep in my bed, but my wife is getting tough on him this week. So I've heard he's sleeping in his bed as we interview right now, which is a thumbs up. That's good. But when daddy's home, it never happens. Yeah. So we're raising our family right here in Queens and in Rosedale, Queens, and just very proud to be in Queens. Love this community. I was born to teenage parents. Pretty much lived everywhere in Southeast Queens. I lived on Hillside Avenue and 167th Street, which is actually a heavily heavy South Asian community as well. It's a lot of Latinos there when I was coming up as well. So it was really like a melting pot of everyone living in Jamaica, and that's something very special about Jamaica. And then you spoke about women and empowerment, and it's something very important to me as the chairman of the Public Safety Committee. You know, we've seen continuously women get attacked in different places. I'll focus on domestic violence especially. And also one of the things I uncovered, I did a hearing on the SVD unit, which is the Sexual Victims Division. And what we found and uncovered that the division was not staffed up enough. So women would go in to report rapes, especially from our communities, and they weren't being dealt with the right way. The facilities they would be interviewed in were decrepit. And I'm happy to say, based on the work we did, the NYPD has now hired more investigators, more seasoned detectives to investigate sexual violence. And we still have a lot of work to do. And then
We also got the NYPD to now commit to building 5 new facilities across the boroughs. Manhattan just got their new facility. Queens will get a new facility where all women who report sexual violence will go to instead of going to their local precinct so that they could feel safer. On domestic violence, one of the things you should know is that there will soon be text to 911. Yes. And that's going to really be helpful in assisting women who are going through domestic violence, because one of the things that happens often is the accuser will know you have a phone. You can't go in the bathroom and make a call, right? You can't, you know, they are watching your every step. So being able to do a direct text to 911 is really going to enable more people who are suffering from domestic violence to actually report to the NYPD. Now, the challenges of that also is that we need to make sure that there are services there, that there's more housing committed, especially to women suffering sexual violence, but also domestic violence, right? Because what's gonna happen, and this is sort of why we've seen such an uptick and also the homeless crisis, is that in the middle of the night, women leave and they're going right into the shelter system because there's no other place for them to go. So we do need to see more housing committed to domestic violence victims, to victims of sexual violence as well, more services, and to ensure that no matter where you're from, language access is critical here, right? Because if you deal with a detective who doesn't understand your language, your attacker may just walk the streets. So it's all about that sensitivity. And as borough president, and obviously I oversee the police department now, we're gonna maintain those relationships, strong relationships with the police department and the commissioner, who we don't agree with 100% all the time. But for the betterment of our communities, it's very important that we have a close-knit relationship to keep our communities safe. ਸਾਡੀ ਮਹਿਲਾਵਾਂ ਨੂੰ ਹੁਣ ਮਸੀਹਾ ਮਿਲ ਸਕਦਾ ਕੀ ਕਹਿੰਦੇ ਸੰਜੀਵ ਜੀ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਯੈਸ ਜਿਹੜੀ ਨੌਲੇਜ ਅੱਜ ਇਹਨਾਂ ਨੇ ਦਿੱਤੀ ਹੈ ਕਹਿਣ ਦਾ ਭਾਵ ਹੈ ਮੈਂ ਆਪਣੇ ਸਾਰੀਆਂ ਮਹਿਲਾਵਾਂ ਆਪਣੀ ਸਾਰੀਆਂ ਭੈਣਾਂ ਨੂੰ ਦੱਸਣਾ ਚਾਹੁੰਦਾ ਕਿ ਡੋਮੈਸਟਿਕ ਵਾਇਲੈਂਸ ਜੇਕਰ ਕੋਈ ਵੀ ਕਰਦਾ ਔਰ ਖਾਸ ਤੌਰ ਦੇ ਉੱਤੇ ਤੁਹਾਨੂੰ ਲੱਗਦਾ ਕਿ ਤੁਸੀਂ ਫੀਲ ਸੇਫ ਨਹੀਂ ਕਰ ਰਹੇ ਹੋ ਔਰ ਤੁਹਾਡੇ ਉੱਤੇ ਕੋਈ ਵੀ ਤਸ਼ੱਦਦ ਹੁੰਦੀ ਹੈ ਜਾਂ ਅਤਿਆਚਾਰ ਹੁੰਦਾ ਤਾਂ ਜਿਵੇਂ ਦੱਸਿਆ ਕਿ 911 ਦੇ ਉੱਤੇ ਟੈਕਸਟ ਕਰੋ ਔਰ ਜੇਕਰ ਸੁਣਵਾਈ ਨਹੀਂ ਹੋ ਰਹੀ ਹੈ NYPD ਨਹੀਂ ਕਰ ਰਹੀ ਤਾਂ ਡਨੇਮਨ ਰਿਚਰਡਸ ਬੈਠੇ ਨੇ ਸੁਣਵਾਈ ਨੂੰ ਤੇਜ਼ ਕਰਨ ਦੇ ਲਈ ਸੰਜੀਵ ਡੂ ਯੂ ਵਾਂਟ ਟੂ ਐਡ ਦਿਸ ਸਮਥਿੰਗ ਔਨ ਦਿਸ ਵੁਮੈਨਸ ਐਮਪਾਵਰਮੈਂਟ ਅਤੇ ਦੋਸਤੋ ਅਤੇ ਭੈਣੋ ਸਾਰੇ ਇਸ ਪ੍ਰੋਗਰਾਮ ਦੇਖ ਰਹੇ ਹੋ ਜਿਵੇਂ ਕਿ ਰਿਚਰਡ ਜੀ ਨੇ ਕਿਹਾ ਕਿ ਇਹ ਸਾਰਾ ਕੁਝ ਟੈਕਸ ਦੇ ਜ਼ਰੀਏ ਵੀ ਪੋਸੀਬਲ ਹੈ ਰਾਦਰ ਦੈਨ ਤੁਹਾਨੂੰ ਕਾਲ ਕਰਨ ਲਈ ਕਿਤੇ ਦੂਰ ਜਾਣਾ ਪਵੇ ਉਹਦੇ ਨਾਲੋਂ ਬਿਹਤਰ ਹੈ ਕਿ ਤੁਸੀਂ ਟੈਕਸਟ ਕਰ ਲਓ ਤਾਂ ਕਿ ਤੁਸੀਂ ਰਾਈਟ ਵੇ ਤੁਹਾਡੀ ਆਵਾਜ਼ ਹੈ ਜਿਹੜੀ ਸੁਣੀ ਜਾ ਸਕਦੀ ਹੈ ਪਰ ਮੈਂ ਇੱਕ ਸਭ ਤੋਂ ਵੱਡੀ ਚੀਜ਼ ਹੋਰ ਦੋਸਤੋ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਕਿ ਡਾਨਾਵਨ ਰਿਚਰਡ ਨੂੰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੁਈਨਸ ਡੈਮੋਕਰੈਟ ਪਾਰਟੀ ਨੇ ਐਂਡੋਸ ਕੀਤਾ ਇਹਦਾ ਮਤਲਬ ਇਹ ਹੈ ਕਿ ਪਾਰਟੀ ਲਾਈਨ 'ਤੇ ਰਨ ਕਰ ਰਹੇ ਹਾਂ ਅਸੀਂ ਅਤੇ ਜਦੋਂ ਅਸੀਂ ਪਾਰਟੀ ਲਾਈਨ 'ਤੇ ਰਨ ਕਰ ਰਹੇ ਹਾਂ ਤਾਂ ਸਾਡੇ ਚਾਂਸਿਸ ਨੇ ਜਿਹੜੇ ਜਿੱਤਣ ਦੇ ਜਿੱਦਾਂ ਕਿ ਇਹ ਸਭ ਤੋਂ ਯੰਗ ਕੈਂਡੀਡੇਟ ਨੇ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਅਤੇ ਦੋਸਤੋ ਇਸ ਵਾਰੀ ਚੈਲੰਜ ਸਾਡੇ ਕੋਲ ਹੈ ਕਿਉਂਕਿ ਅਸੀਂ 2.5 ਲੱਖ ਦੀ ਤਾਦਾਦ ਦੇ ਵਿੱਚ ਹਾਂ ਡੇਟ ਵੀ ਦੱਸ ਦਿਓ ਅਤੇ ਨਾਲੇ ਫ੍ਰੀ ਵੀ ਰਹਿਣ ਉਸ ਦਿਨ ਦੋਸਤੋ ਬੜੀ ਸਿੰਪਲ ਜੀ ਗੱਲ ਆ ਕਿ ਮਾਰਚ 24 ਨੂੰ ਇਲੈਕਸ਼ਨਾਂ ਹੋਣੀਆਂ ਨੇ 24 ਮਾਰਚ 24 ਯਾਦ ਰੱਖੋ ਇਸ ਡੇਟ ਨੂੰ ਅਤੇ ਅਰਲੀ ਵੋਟਿੰਗ ਸ਼ੁਰੂ ਹੋ ਜਾਣੀ ਹੈ ਮਾਰਚ 14 ਨੂੰ ਸਾਡੇ ਕੋਲ ਇਸ ਗੱਲ ਦਾ ਗਿਲਾ ਨਹੀਂ ਹੋਣਾ ਚਾਹੀਦਾ ਕਿ ਇੱਕ ਦਿਨ ਵੋਟਿੰਗ ਸੀ ਉਸ ਦਿਨ ਅਸੀਂ ਨਹੀਂ ਅਵੇਲੇਬਲ ਸੀ ਜਾਂ ਉਸ ਦਿਨ ਸਾਨੂੰ ਕੰਮ ਸੀ ਅਸੀਂ ਮਾਰਚ 14 ਤੋਂ ਮਾਰਚ 14 ਤੋਂ ਵੋਟਾਂ ਪਾ ਸਕਦੇ ਹਾਂ ਅਤੇ ਇੱਕ ਗੱਲ ਹੋਰ ਦੋਸਤੋ ਜਿਹੜੀ ਸਭ ਤੋਂ ਇੰਪੋਰਟੈਂਟ ਹੈ ਵੋਟਾਂ ਦਾ ਟਾਈਮ ਜਿਹੜਾ ਨਾ ਉਹ ਸਵੇਰੇ 6 ਵਜੇ ਤੋਂ ਸ਼ੁਰੂ ਹੋ ਜਾਣਾ ਅਰਲੀ ਮਾਰਨਿੰਗ 6 o'clock ਅਤੇ ਰਾਤ ਨੂੰ 9 ਵਜੇ ਤੱਕ 9 o'clock ਬਾਏ ਐਂਡ ਆਫ ਦ ਡੇ ਤੁਸੀਂ ਕਿਸੇ ਵੀ ਟਾਈਮ ਵੋਟ ਕਰ ਸਕਦੇ ਹੋ ਦੋਸਤੋ ਬਲੀਵ ਕਰਿਓ ਜਦੋਂ ਤੁਹਾਡੇ ਕੋਲ ਅਪਰਚੁਨਿਟੀ ਹੈ ਤਖ਼ਤ ਪਲਟਣ ਦੀ ਤਾਂ ਤੁਹਾਨੂੰ ਇਸ ਅਪਰਚੁਨਿਟੀ ਨੂੰ ਆਪਣੇ ਹੱਥ 'ਚ ਰੱਖਣਾ ਜ਼ਰੂਰੀ ਹੈ ਹਰਕੀਰਤ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਇਹਦੇ ਬਾਰੇ ਮੈਂ ਗੱਲ ਇੱਕ ਹੀ ਕਹਿਣਾ ਚਾਹੁੰਦਾ ਮੈਨੂੰ ਇੱਥੇ ਸਮਾਂ ਜਿਹੜਾ ਬ੍ਰੇਕ ਲਈ ਰੋਕ ਰਿਹਾ ਪਰ ਜਿਵੇਂ ਕਿ ਸੰਜੀਵ ਜੀ ਨੇ ਇੱਥੇ ਦੱਸਿਆ ਕਿ 24 ਮਾਰਚ ਨੂੰ ਵੋਟਾਂ ਪੈਣੀਆਂ ਅਖੀਰਲੀ ਤਰੀਕ ਹੈਗੀ ਹੈ ਪਰ 14 ਮਾਰਚ ਤੋਂ ਤੁਸੀਂ ਆਪਣੀ ਵੋਟਾਂ ਸ਼ੁਰੂ ਕਰ ਸਕਦੇ ਹੋ ਸਭ ਤੋਂ ਅਹਿਮ ਗੱਲ ਸੰਜੀਵ ਜੀ ਕਿ ਵੀ ਹੈਵ ਟੂ ਰਜਿਸਟਰ ਆਰ ਵੋਟ ਜਿਹੜੀ ਅਜੇ ਤੱਕ ਨਹੀਂ ਕੀਤੀ ਹੈ ਤਾਂ ਆਪਣੀ ਵੋਟ ਨੂੰ ਰਜਿਸਟਰ ਕਰੋ ਜਿਹਨਾਂ ਦੀ ਆਲਰੇਡੀਆਂ ਹੈਗੀਆਂ ਤਾਂ ਤੁਸੀਂ ਰਾਬਤਾ ਵੀ ਕਾਇਮ ਕਰ ਸਕਦੇ ਹੋ info@justbroadcasting.com ਦੇ ਉੱਤੇ
harkirat@justbroadcasting.com ਦੇ ਉੱਤੇ ਕੋਈ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਤੁਹਾਡੀ ਵੋਟ ਸੰਬੰਧੀ ਤੇ ਜਰੂਰ ਅਸੀਂ ਤੁਹਾਨੂੰ ਈਮੇਲ ਰਾਹੀਂ ਉਹ ਸਾਰੀਆਂ ਜਾਣਕਾਰੀਆਂ ਦਵਾਂਗੇ this is the last break I know your son is waiting your yes, family is waiting, yeah. And I think he is a very good father and husband of sure kyunki family de bare jehda sochda hai na ode andar emotions hunde hain aur jab koi darkhwast family wala laake jaunda hai ta fir onu pura karan di sahanshilta aur onu khatam karan di maryada aur onu rakhan di tajweez ਅਜਿਹੇ ਕੈਂਡੀਡੇਟਸ ਵਿੱਚ ਹੋਣੀ ਚਾਹੀਦੀ ਹੈ ਅਖੀਰਲੀ ਬ੍ਰੇਕ ਹੈ ਇੱਕ ਅਹਿਮ ਸਵਾਲ ਹੈ ਮੇਰਾ ਇਸ ਬ੍ਰੇਕ ਤੋਂ ਬਾਅਦ ਲਵਾਂਗਾ ਡਨਵਨ ਰਿਚਰਡ ਸਾਡੇ ਨਾਲ ਮੌਜੂਦ ਨੇ ਮੰਚ ਦੇ ਉੱਤੇ ਅਖੀਰਲੇ ਸੈਗਮੈਂਟ ਦੇ ਵਿੱਚ ਇਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਵੇਂ ਅਸੀਂ ਕਨੈਕਟ ਹੋ ਸਕਦੇ ਹਾਂ ਕਿਉਂਕਿ ਕਈ ਵਾਰ ਅਸੀਂ ਵੇਖਿਆ ਕਿ ਜਦ ਜਿਸ ਵੀ ਪੋਲੀਟੀਸ਼ੀਅਨ ਨੂੰ ਅਸੀਂ ਜਿਤਾ ਦਿੰਦੇ ਹਾਂ ਉਹ ਮੁੜ ਕੇ ਸਾਡੀ ਸ਼ਕਲ ਨਹੀਂ ਵੇਖਦਾ ਲੇਕਿਨ ਡੈਨਵਨ ਰਿਚਰਡਸ ਦੇ ਨਾਲ ਇਹ ਨਹੀਂ ਹੋਣ ਵਾਲਾ ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਵੀ ਜਾ ਸਕਦੇ ਹੋ richardsforqueens.com ਦੇ ਉੱਤੇ ਜਾਓ ਅਤੇ ਰਾਬਤਾ ਕਾਇਮ ਕਰੋ ਵੇਖੋ ਇਹਨਾਂ ਦੀ ਪੂਰੀ ਪ੍ਰੋਫਾਈਲ ਮੈਂ ਆਪਣੀ ਟੈਕਨੀਕਲ ਟੀਮ ਨੂੰ ਦਰਖਾਸਤ ਕਰਾਂਗਾ ਉਹ ਨਾ ਪਾਉਣ www.richardsforqueens.com ਦੇ ਉੱਤੇ ਜਾ ਕੇ ਇਹਨਾਂ ਦੀ ਪ੍ਰੋਫਾਈਲ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਉਹਨਾਂ ਦੇ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹੋ ਦ ਮੇਨ ਥਿੰਗ ਡਨਵਨ ਰਾਈਟ ਨਾਓ ਇਜ਼ ਹੇਅਰ ਹਾਊ ਦੇ ਕੈਨ ਗੈਟ ਕਨੈਕਟ ਵਿਦ ਯੂ So, for example, for us, you are the Queensborough president right now, and you will become our voice. So, how they can connect? So, one, you spoke of richardsforqueens.com, and you could go on that website to find out more information about the campaign. And then secondary, you know, as Queensborough president, you know, we're going to have a phone. But most importantly, we want to be out in communities. I don't want to be stuck on Borough Hall. So obviously, we'll have access to email and all of the traditional ways to contact us. But that goes back, you know, I just want to highlight going back to the process of ensuring that the office is really representative of communities. We want to work with community-based organizations that do a lot of work in the community. We want to work with the temples, the Sikh temples, right? We need to do a lot of bridge building so that people feel comfortable. And I don't even mind setting my office up outside of a Sikh or Hindu temple after, you know, after service. You know, those are things that we can do to take an extra step to make sure that the office feels that it's really accessible to everyone. We should be doing town halls, community meetings. You know, those are all of the standard things that elected officials should do to ensure that outreach is actually happening in local communities. So that's first and foremost. Once again, you will have the traditional ways, you can go on Facebook and Twitter and all that good stuff, but really we should ensure that we are in every pocket of Queens and keeping a very strong relationship with this community, whether it's with Sanjeev telling me what to do or anybody else, you know, who knows the needs of the community. They need to know that they're going to have a borough president they have access to. I think you are in a right hand, so he will tell what to do. Otherwise, he will not tell. All the viewers are watching right now, so they're going to come to his office for sure. Sanjeev, would you like to add about First March program? Can you tell our viewers so they can join as well? Dosto, ਜਿੱਦਾਂ ਆਪਾਂ ਸਾਰੀਆਂ ਗੱਲਾਂ ਡਿਸਕਸ ਕਰ ਚੁੱਕੇ ਹਾਂ ਮੋਸਟ ਆਫ ਦਾ ਟੌਪਿਕਸ ਵੀ ਕਵਰਡ ਆਲਰੇਡੀ ਅਤੇ ਇੱਕ ਚੀਜ਼ ਹੋਰ ਹੈ ਦੋਸਤੋ ਕਿ ਕੋਈ ਵੀ ਚੀਜ਼ ਜਦੋਂ ਅਸੀਂ ਪੂਰੀ ਸ਼ਿੱਦਤ ਨਾਲ ਕਰਦੇ ਹਾਂ ਅਤੇ ਪੂਰੀ ਕਾਇਨਾਤ ਪਾਗਲ ਹੋ ਜਾਂਦੀ ਹੈ ਉਹ ਚੀਜ਼ ਤੁਹਾਨੂੰ ਦੇਣ ਲਈ ਅਤੇ ਇਹਦੇ ਨਾਲ ਹੀ ਇੱਕ ਚੀਜ਼ ਹੁਣ ਸਾਡੀ ਕਮਿਊਨਿਟੀ ਨੇ ਪਲਾਨ ਕੀਤਾ ਹੈ ਸਾਡੇ ਭਰਾ ਨੇ ਜਸਵਿੰਦਰ ਜੌਲ ਜੀ ਹੋਣੀ ਦੀਪਕ ਭਾਰਦਵਾਜ ਜੀ ਹੋਣੀ ਚਰਨਜੀਤ ਜੀ ਹੋਣੀ ਬਿਕਰਮਜੀਤ ਸਿੰਘ ਕੁਲਵੰਤ ਸਿੰਘ ਜੀ ਹੋਣੀ ਅਤੇ ਆਪਣੇ ਜਿਹੜਾ ਸਭ ਤੋਂ ਵੱਡੀ ਐਸੋਸੀਏਸ਼ਨ ਹੈ ਸਿੱਖ ਕਲਚਰਲ ਸੁਸਾਇਟੀ 118 ਗੁਰੂ ਘਰ ਗੁਰਦੇਵ ਸਿੰਘ ਕੰਗ ਬਲਾਕਾ ਸਿੰਘ ਜੀ ਅਸੀਂ ਲਾਸਟ ਟਾਈਮ ਜਦੋਂ ਉਹਨਾਂ ਨੂੰ ਮਿਲਣ ਗਏ ਹਾਂ ਉਹਨਾਂ ਨੇ ਸਾਨੂੰ ਬਹੁਤ ਵਧੀਆ ਸਪੋਰਟ ਕੀਤੀ ਬਹੁਤ ਵਧੀਆ ਸਾਡੇ ਨਾਲ ਇਲੈਕਟਡ ਪ੍ਰੈਜ਼ੀਡੈਂਟ ਦਵਿੰਦਰ ਸਿੰਘ ਬੋਪਾ ਰਾਏ ਹਾਂਜੀ ਇਲੈਕਟਡ ਪ੍ਰੈਜ਼ੀਡੈਂਟ ਥੈਂਕ ਯੂ ਸੋ ਮਚ ਜੀ ਇਲੈਕਟਡ ਪ੍ਰੈਜ਼ੀਡੈਂਟ ਦਵਿੰਦਰ ਸਿੰਘ ਬੋਪਾ ਰਾਏ ਜੀ ਫਰੋਮ ਬਾਬਾ ਮੱਖਣ ਸ਼ਾਹ ਲੁਬਾਣਾ ਗੁਰੂ ਘਰ ਤੋਂ ਗੁਰਮੀਤ ਸਿੰਘ ਜੀ ਫਰੋਮ ਬਾਬਾ ਮੱਖਣ ਸ਼ਾਹ ਲੁਬਾਣਾ ਗੁਰਮੀਤ ਸਿੰਘ ਥੈਂਕ ਯੂ ਫੋਰ ਕਰੈਕਟਿੰਗ ਮੀ ਹਰਕੀਰਤ ਅਤੇ ਹੁਣ 1 ਮਾਰਚ ਨੂੰ ਸਾਰੀ ਕਮਿਊਨਿਟੀ ਨੇ ਡਿਸਾਈਡ ਕੀਤਾ ਹੈ ਕਿ ਅਸੀਂ ਡਾਨਵਨ ਰਿਚਰਡ ਨੂੰ ਓਨਰ ਕਰਨ ਜਾ ਰਹੇ ਹਾਂ ਅਤੇ ਸਾਊਥ ਏਸ਼ੀਅਨਸ ਫੋਰ ਸਟਰੋਂਗ ਅਮੈਰੀਕਾ ਜਸਵਿੰਦਰ ਸਿੰਘ ਢਿੱਲੋਂ ਜਿਹੜੇ ਕਿ ਐਗਜ਼ੈਕਟਿਵ ਪ੍ਰੈਜ਼ੀਡੈਂਟ ਨੇ ਉਹਨਾਂ ਦਾ ਹੁਣੀ ਹੁਣੀ ਮੈਸੇਜ ਆਇਆ ਮੁੱਦਾ ਪ੍ਰੋਗਰਾਮ ਦੇ ਚੱਲਣ ਦੇ ਤਹਿਤ ਹੀ ਕਿ ਉਹਨਾਂ ਨੇ ਆਪਣੀ ਐਂਡੋਰਸਮੈਂਟ ਵੀ ਇਹਨਾਂ ਨੂੰ ਬਾਏ ਈਮੇਲ ਭੇਜ ਦਿੱਤੀ ਹੈ ਅਤੇ ਉਸ ਦਿਨ 1 ਮਾਰਚ ਵਾਲੇ ਦਿਨ ਉਹ ਪਰਸਨਲੀ ਉੱਥੇ ਹੋਣਗੇ ਅਤੇ ਉਹ ਐਂਡੋਰਸ ਕਰਨਗੇ
South Asians from and strong I just America. Got Raghubir Singh Subhanpur. He just texted me. Himmat Singh Sarpanch from Baba Makhan Shalubana. So they said ki we gonna be there on first noon. Sona Punjab Union Turnpike Vikhe. Tusi sare pahunch sakde ho support karan de layi aur Donovan Richards nu sun sakde ho, one to one interaction kar sakde ho. So filhal aaj de is program de vich nahi. Mainu Harkirat Singh Ahluwalia te mere naal Queensboro to president layi run kar rahe Donovan Richards nu te Sanjeev Jindal Hora nu davo izazat. Dhanwad. Sat Sri Akal.